ਨ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਉਹਦਾ ਜੀਵਨ ਦਾ ਸਫਰ ਹੈ ਜੀ ਉਹ ਜੀਵਨ ਦੀ ਜਾਂਚ ਪੁੱਲ ਗਿਆ ਮਰ ਕਹਿੰਦੇ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਹਾਂ ਜਾਂ ਜੀਵਾ ਤਾਂ ਜੁਗਤ ਨਹੀਂ ਪਿਓ ਕਿਸ ਤਰ੍ਹਾਂ ਦਾ ਜੀਵਨ ਸਿੱਖ ਕੇ ਜੀਵੇ ਕਿ ਉਹ ਚਲਦਿਆਂ ਚਲਦਿਆਂ ਜਦੋਂ ਸਰੀਰ ਛੱਡੇ ਉਹ ਜਿਸ ਮੂਲ ਵਿੱਚੋਂ ਪੈਦਾ ਹੋਇਆ ਉਹਦੇ ਵਿੱਚ ਹੀ ਸਮਾਜੇ ਮੈਂ ਕੰਮ ਕਰਦਾ ਮੈਂ ਅੱਛਾ ਕੰਮ ਕਰਦਾ ਮੈਂ ਤਾਂ ਮਾੜਾ ਕੰਮ ਕਰਦਾ ਹੀ ਨਹੀਂ ਹਾਂ ਬਿਲਕੁਲ ਪਰ ਕਹਿੰਦੇ ਵੀ ਤੈਨੂੰ ਇਹ ਜਿਹੜਾ ਕਰਮ ਆ ਇਹ ਤੇਰਾ ਕਰਮ ਸਵਾਸ ਦੇ ਉੱਪਰ ਆ ਜੇ ਤੇਰਾ ਸਵਾਸ ਆ ਰਿਹਾ ਤੇ ਤਾਂ ਹੀ ਚੰਗਾ ਕੰਮ ਕਰ ਸਕਦਾ ਤੂੰ ਤੇ ਤੂੰ ਨੂੰ ਚੇਤਾ ਭੁੱਲ ਗਿਆ ਵੀ ਤੈਨੂੰ ਸਵਾਸ ਕੌਣ ਦੇ ਰਿਹਾ ਵਾ ਹੂੰ ਤੇਰਾ ਫਰਜ਼ ਬਣਦਾ ਸੀ ਕਰਮ ਦੇ ਨਾਲ ਨਾਲ ਜਿਹੜਾ ਤੈਨੂੰ ਸਵਾਸ ਦੇ ਰਿਹਾ ਤੂੰ ਉਹਦਾ ਵੀ ਧਿਆਨ ਕਰ ਦੋ ਉਹਨਾਂ ਦੇ ਜੇ ਤੁਸੀਂ ਅਸਲ ਧਰਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜਿੱਥੋਂ ਲਿਵ ਟੁੱਟੀ ਹੋਈ ਹੈ ਤੁਸੀਂ দান ਕਰਦੇ ਹੋ ਪੁੰਨ ਕਰਦੇ ਹੋ ਤੀਰਥਾਂ ਤੇ ਜਾਂਦੇ ਹੋ ਪਰ ਇਸ ਤੋਂ ਅੱਗੇ ਆ ਮੁਕਤੀ ਦਾ ਦਰ ਤੇ ਮਹਾਰਾਜ ਨੇ ਬਚਨ ਕੀਤਾ ਕਾਦੀ ਕੂੜ ਬੋਲਮਲ ਖਾਏ ਬਾਮਣ ਨਾਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੋਂ ਉਹ ਜਾੜੇ ਕਾ ਬੰਦ ਪੀਏ ਤੁਹਾਡਾ ਸ਼ੋਸ਼ਨ ਕਰਦੇ ਆ ਤੁਹਾਨੂੰ ਸਹੀ ਰਸਤਾ ਦੱਸ ਦੇਣੀ ਹੈਗੇ ਪ੍ਰਕਾਸ਼ ਦੇ ਵਿੱਚੋਂ ਇੱਕ ਆਵਾਜ਼ ਪੈਦਾ ਹੋਈ ਉਹਨੂੰ ਕਹਿੰਦੇ ਸ਼ਬਦ ਉਹ ਜਿਹੜਾ ਸ਼ਬਦ ਪ੍ਰਗਟ ਹੋਇਆ ਉਹਨੂੰ ਇੱਕ ਗੁਰਬਾਣੀ ਦੀ ਧੁਨ ਕਿਹਾ ਵਾ ਹੂੰ ਤੇ ਸਰੂਪ ਨਰੇਖ ਅਨਾਹਦ ਵਾਜੇ ਸ਼ਬਦ ਨਰੰਜਨ ਕੀਆ ਉਹ ਨਰੰਜਨ ਦੇ ਵਿੱਚੋਂ ਇੱਕ ਬਹੁਤ ਜ਼ੋਰਦਾਰ ਆਵਾਜ਼ ਪੈਦਾ ਹੋਈ ਸ਼ਬਦ ਉਹ ਜਿਹੜਾ ਸ਼ਬਦ ਪ੍ਰਗਟ ਹੋ ਗਿਆ ਸਾਰੇ ਬ੍ਰਹਿਮੰਡ ਦੇ ਵਿੱਚ ਗੂੰਜਣ ਲੱਗ ਪਿਆ ਉਹਨੂੰ ਮਾਰਨ ਕਿਹਾ ਵਿਣ ਨਾਮੇ ਨਾਹੀ ਕੋਥਾ ਉਸ ਸ਼ਬਦ ਤੋਂ ਅੱਗੇ ਪੌਣ ਪੈਦਾ ਹੋਈ ਪਾਉਣ ਤੋਂ ਪਾਣੀ ਪਾਣੀ ਤੋਂ ਅਗਨ ਤੇ ਫਿਰ ਹੌਲੀ-ਹੌਲੀ ਇਹ ਕ੍ਰिएशन ਸ਼ੁਰੂ ਹੋਈ ਕਮਲਾ ਕੀ ਕਰਦਾ ਵਾ ਤੁਸੀਂ ਦੇਖੋ ਵੀ ਉਹ ਨਾ ਪੋਟਲੀਆਂ ਬੰਨੀ ਜਾਊਗਾ ਲੀਰਾਂ ਇਕੱਠੀਆਂ ਕਰੀ ਜਾਊਗਾ ਉਹ ਜਦੋਂ ਸਾਡਾ ਮਨ ਕਮਲਾ ਹੋ ਗਿਆ ਉਹ ਕੀ ਕਰਦਾ ਇੱਥੋਂ ਦੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਪਦਾਰਥ ਇਕੱਠੀ ਕਰੀ ਜਾਂਦਾ ਤਉਂਦੇ ਬਿਨ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਉਹ ਹੀ ਸੇਮ ਚੀਜ਼ ਗੁਰੂ ਅਮਰਦਾਸ ਜੀ ਨੇ ਕਿਹਾ ਵੇਦਾਂ ਮੇ ਨਾਮ ਉਤਮ ਨਾਮ ਤਾਂ ਸੀਗਾ ਪਰ ਉਹ ਸਾਨੂੰ ਪਤਾ ਨਹੀਂ ਸੀ ਆਇਦਰ ਨਵੇਂ ਪੋਡਕਾਸਟ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਜਿਵੇਂ ਕਿ ਸਾਡਾ ਤੁਹਾਡੇ ਨਾਲ ਵਾਅਦਾ ਹੈਗਾ ਕਿ ਉਹਨਾਂ ਗੁਰਸਿੱਖਾਂ ਨੂੰ ਉਹਨਾਂ ਸਿੱਖਸ਼ੀਤਾਂ ਨੂੰ ਲੈ ਕੇ ਆਪ ਜੀ ਦੇ ਰੂਹੂ ਰੂ ਕਰਾਂਗੇ ਜਿਨ੍ਹਾਂ ਤੋਂ ਅਸੀਂ ਤੁਸੀਂ ਸਾਰੇ ਕੁਛ ਨਾ ਕੁਛ ਸਿੱਖ ਸਕੀਏ ਤੇ ਸਿੱਖੀ ਮਾਰਗ ਦੇ ਵਿੱਚ ਇੱਕ ਦੋ ਸਟੈਪ ਹੋਰ ਅੱਗੇ ਜਾ ਸਕੀਏ। ਕਈ ਵਾਰੀ ਕੀ ਹੁੰਦਾ ਕਿ ਖਾਲ ਦੇ ਵਿੱਚ ਇੱਕ ਨੱਕਾ ਲੱਗਾ ਹੋਵੇ। ਕਈ ਵਾਰੀ ਡੱਕੇ ਇਕੱਠੇ ਹੋ ਕੇ ਇੱਕ ਬੰਨ ਲਾ ਆਂਦੇ ਆ। ਉਹਨੂੰ ਪਾਰ ਕਰਨਾ ਬੜਾ ਮੁਸ਼ਕਲ ਹੁੰਦਾ। ਤੇ ਕਿਸੇ ਇੱਕ ਗੱਲ ਨਾਲ ਹੀ ਉਸ ਬੰਨ ਨੂੰ ਤੋੜਿਆ ਜਾ ਸਕਦਾ ਹੁੰਦਾ। ਸੋ ਇਹੋ ਜਿਹੀ ਕੋਸ਼ਿਸ਼ਾਂ ਇਹੋ ਜਿਹੇ ਪ੍ਰਾਲੇ ਅਸੀਂ ਅਕਸਰ ਕਰਦੇ ਰਹਿੰਦੇ ਆ ਆਪ ਜੀ ਨਾਲ ਸਾਂਝ ਪਉਦੇ ਰਹਿੰਦੇ ਨੇ ਜਦੋਂ ਕੋਈ ਗੁਰਮੁਖ ਪਿਆਰੇ ਸਰੀ ਜਉਂਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨਾਲ ਗੱਲਬਾਤ ਕਰਕੇ ਆਪ ਜੀ ਦੇ ਰੂਹ ਰੂਪੇਸ਼ ਕਰੀਏ ਅੱਜ ਸਾਡੇ ਨਾਲ ਆਪਏ ਡਿਪਟੀ ਸਿੰਘ ਜਿਹੜੇ ਕਿ ਜੰਡਿਆਲਾ ਗੁਰੂ ਤੋਂ ਨੇੜੇ ਅੰਮ੍ਰਿਤਸਰ ਉੱਥੋਂ ਆਏ ਨੇ ਸਿੱਖੀ ਪ੍ਰਚਾਰ ਦੇ ਵਿੱਚ ਤਤਪਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਮ ਲੋਕਾਂ ਦੇ ਵਿੱਚ ਤੇ ਗੁਰਨਾਨਕ ਦੇ ਘਰ ਦੇ ਕੂਕਰਾਂ ਦੇ ਵਿੱਚ ਕੀ ਫਰਕ ਆ ਸਿੱਖ ਦੀ ਸੋਚ ਤੇ ਆਮ ਚੰਗੇ ਇਨਸਾਨ ਦੀ ਸੋਚ ਜਿਹਨੂੰ ਅਸੀਂ ਕਹਿੰਦੇ ਆ ਕਿ ਚੰਗੇ ਇਨਸਾਨ ਬਣਨਾ ਚਾਹੀਦਾ ਬਹੁਤੇ ਲੋਕਾਂ ਦਾ ਜਿਹੇ ਆ ਕਿ ਸਿੱਖ ਭਾਵੇਂ ਨਹੀਂ ਜੀ ਅਸੀਂ ਕੋਈ ਮਾੜੇ ਕੰਮ ਨਹੀਂ ਕਰਦੇ ਅਸੀਂ ਠੀਕ ਆ ਕਿਤ ਵਧੀਆ ਕਰਦੇ ਆ ਚੰਗੇ ਕੰਮ ਕਰਦੇ ਆ ਪਰ ਸਿੱਖੀ ਤੋਂ ਦੂਰ ਨੇ ਉਹਨਾਂ 'ਚ ਕੀ ਫਰਕ ਭਾਈ ਸਾਹਿਬ ਜੀ ਅੱਜ ਤਾਂ ਬਹੁਤ ਬਹੁਤ ਸਾਰੀ ਦੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜਿਓ ਆ ਅਨੁਸਾਰ ਜੀ ਪਹਿਲਾਂ ਤਾਂ ਜੀ ਧੰਨਵਾਦ ਜੀ ਤੁਹਾਨੂੰ ਕਿਵੇਂ ਲੱਗਦਾ ਈ ਸਾਡਾ ਮਲਕ ਹਾਂਜੀ ਮਾਲਕ ਨੇ ਬਦਿਆ ਕੁਦਰਤ ਨੂੰ ਹਰਿਆ-ਭਰਿਆ ਰੱਖਿਆ ਹੋਇਆ ਹਾਂਜੀ ਔਰ ਵਾਤਾਵਰਨ ਸ਼ੁੱਧ ਹੈ ਬਿਲਕੁਕਲ ਤੇ ਜਿੱਥੇ ਹਰ ਥਾਂ ਹੀ ਮਾਲਕਾ ਜਿੱਥੇ ਆਪਾਂ ਜਾਣਦੇ ਹਾਂ ਜੀ ਮਰ ਕੇ ਕਹਿੰਦੇ ਕੋਈ ਐਸੀ ਥਾਂ ਨਹੀਂ ਆ ਜਿੱਥੇ ਨਿਰੰਕਾਰ ਤੇ ਉਹਦਾ ਨਾਮ ਨਹੀਂ ਹੈਗਾ ਕਿਆ ਬਾਤ ਹੈ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹਾਂਜੀ ਤਾਂ ਪਾਸ਼ਾ ਕਹਿੰਦੇ ਬਿਨ ਨਾਮੇ ਨਾਹੀ ਕੋ ਥਾਂ ਹੂੰ ਨਾਮ ਹੀ ਅਰਥ ਆ ਔਰ ਆਪ ਵੀ ਹਰ ਥਾਂ ਮੌਜੂਦ ਹੈ ਬਿਲਕੁਲ ਤੁਜੇ ਤੇ ਵਾਪੇ ਆ ਉਹ ਸਾਰੀ ਤਰਤੀਬ ਵਧੀਆ ਹੀ ਵਧੀਆ ਵੈਰੀ ਗੁੱਡ ਠੀਕ ਹੈ ਸੋ ਆਪਾਂ ਅੱਜ ਦੀ ਗੱਲਬਾਤ ਨੂੰ ਇਸ ਤੇ ਫੋਕਸ ਰੱਖਣਾ ਕਿ ਬਹੁਤ ਲੋਕੀ ਕਹਿੰਦੇ ਆ ਵੀ ਅਸੀਂ ਸਿੱਖੀ ਤਾਂ ਨਹੀਂ ਫਾਲੋ ਕਰਦੇ ਪਰ ਅਸੀਂ ਮਾੜੇ ਕੰਪਨੀ ਕਰਦੇ ਕਿਰਤਵ ਦੀ ਕਰਦੇ ਆ ਲੋੜ ਮੁਤਾ ਕੋ ਦਾਨ ਪਨ ਵੀ ਕਰ ਲਈਦਾ ਕਿਸੇ ਦੀ ਹੈਲਪ ਵੀ ਕਰ ਦੇਈਦੀ ਆ ਪਰ ਸਾਡੇ ਲਈ ਜ਼ਰੂਰੀ ਆ ਵੀ ਅਸੀਂ ਹੁਣ ਸਿੱਖ ਬਣੀਏ ਜਦੋਂ ਕਿ ਬਹੁਤ ਐਗਜ਼ੈਂਪਲ ਆ ਮਿਲ ਜਾਂਦੀਆਂ ਵੀ ਜਿਹੜੇ ਬੰਦੇ ਬਾਣੇ ਚ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਉਹ ਉਹ ਕੰਮ ਨਹੀਂ ਕਰ ਰਹੇ ਹੁੰਦੇ ਉਹਨਾਂ ਦੇਖ ਕੇ ਲੋਕਾਂ ਨੇ ਯਾਰ ਇਹਨਾਂ ਨਾਲੋਂ ਤਾਂ ਅਸੀਂ ਚੰਗੇ ਆ ਚੰਗੇ ਇਨਸਾਨ ਤੇ ਸਿੱਖ ਦੇ ਵਿੱਚ ਜਿਹੜਾ ਫਰਕ ਆ ਸਭ ਤੋਂ ਪਹਿਲਾਂ ਤਾਂ ਮਾਰੇ ਨੇ ਆਪਾਂ ਨੂੰ ਜੋ ਉਪਦੇਸ਼ ਦਿੱਤਾ ਹੈ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਸਿੱਖਿਆ ਉਹ ਸਾਡੇ ਮਨ ਨੂੰ ਦਿੱਤੀ ਹੋਈ ਆ ਜੀ ਬਿਲਕੁਲ ਜੀ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਸਾਡਾ ਮਨ ਹਾਂ ਹਾਂ ਉਹ ਸੰਸਾਰ ਦੇ ਵਿੱਚ ਪੈਦਾ ਹੋਇਆ ਆਇਆ ਜੀ ਜਨਮ ਹੋ ਗਿਆ ਬਿਲਕੁਲ ਜੀ ਜਨਮ ਤੋਂ ਲੈ ਕੇ ਉਹਨੇ ਮਰਨ ਤੱਕ ਇੱਕ ਸਫਰ ਕਰਨਾ ਹੈ ਬਿਲਕੁਲ ਜੀ ਹੁਣ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਉਹਦਾ ਜੀਵਨ ਦਾ ਸਫਰ ਹੈ ਜੀ ਉਹ ਜੀਵਨ ਦੀ ਜਾਂਚ ਭੁੱਲ ਗਿਆ ਹਮ ਮਰ ਕਹਿੰਦੇ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਹਮ ਜਾਂ ਜੀਵਾਂ ਤਾਂ ਯੁਗਤ ਨਹੀਂ ਸਿੱਖੀ ਐਸਨੂੰ ਕਹਿੰਦੇ ਆ ਕਿ ਜਨਮ ਤੋਂ ਲੈ ਕੇ ਮਰਨ ਤੱਕ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਜੀ ਕਿ ਉਹ ਕਿਸ ਤਰ੍ਹਾਂ ਦਾ ਜੀਵਨ ਸਿੱਖ ਕੇ ਜੀਵੇ ਹਮ ਹਮ ਕਿ ਉਹ ਚਲਦਿਆਂ ਚਲਦਿਆਂ ਜਦੋਂ ਸਰੀਰ ਛੱਡੇ ਉਹ ਜਿਸ ਮੂਲ ਵਿੱਚੋਂ ਪੈਦਾ ਹੋਇਆ ਉਹਦੇ ਵਿੱਚ ਹੀ ਸਮਾਜੇ ਹਮ ਬਿਲਕੁਲ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਜੀਵਨ ਦੀ ਜਾਚ ਆ ਉਹ ਗੁਰੂ ਸਾਹਿਬ ਸਾਨੂੰ ਸਿਖਿਆ ਦਿੰਦੇ ਆ ਉਹ ਸਾਡੇ ਮਨ ਨੂੰ ਸਮਝਾਉਂਦੇ ਆ ਤੇ ਮਨ ਨੂੰ ਜਦੋਂ ਸਿੱਖਿਆ ਦਿੰਦੇ ਆ ਉਹ ਕਹਿੰਦੇ ਮਨ ਆਇਆ ਤੇ ਆ ਕੇ ਇਸ ਨੇ ਕਰਮ ਕਰਨਾ ਸ਼ੁਰੂ ਕੀਤਾ ਤੇ ਜਦੋਂ ਮਨ ਕਰਮ ਕਰਦਾ ਉਹਦੇ ਅੰਦਰ ਵਿਚਾਰ ਪੈਦਾ ਹੁੰਦਾ ਉਹ ਜਿਹੜਾ ਵਿਚਾਰ ਪੈਦਾ ਹੁੰਦਾ ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਰਜੋ ਗੁਣ ਜੀ ਰੁਜਗਾਰ ਦਾ ਵਿਚਾਰ ਬਿਲਕੁਲ ਹਾਂਜੀ ਹਾਂਜੀ ਵੀ ਉਹਨੇ ਸਰੀਰ ਨੂੰ ਪਾਲਣ ਵਾਸਤੇ ਸੋਚਣਾ ਬਿਲਕੁਲ ਤੇ ਜਦੋਂ ਉਹਨੇ ਸੋਚਿਆ ਉਹਨੇ ਕੋਸ਼ਿਸ਼ ਕਰਨੀ ਹੈ ਕੋਈ ਖੇਤੀ ਕਰਾਂ ਕੋਈ ਦਿਹਾੜੀ ਕਰਾਂ ਬਿਲਕੁਲ ਕੋਈ ਬਿਜ਼ਨਸ ਕਰਾਂ ਜਾਂ ਕੋਈ ਵੀ ਉਹਨੇ ਕੰਮ ਕਰਨਾ ਹੈ ਬਿਲਕੁਲ ਜੀ ਹੁਣ ਜਦੋਂ ਉਹਨੇ ਕੰਮ ਕਰਨਾ ਹੈ ਤੇ ਕੰਮ ਕਾਦੇ ਵਾਸਤੇ ਕਰਨਾ ਸਰੀਰ ਨੂੰ ਪਾਲਣ ਵਾਸਤੇ ਹੁਣ ਕੰਮ ਕਰਦੇ ਕਰਦੇ ਕੀ ਹੁੰਦਾ ਆ ਉਹਦਾ ਧਿਆਨ ਐਨਾ ਉਸ ਕਰਮ ਦੇ ਵਿੱਚ ਜੁੜ ਜਾਂਦਾ ਉਹ ਕਰਤੇ ਨੂੰ ਭੁੱਲ ਜਾਂਦਾ ਤੇ ਮਾਰੇ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਜਦੋਂ ਅਸੀਂ ਕਿਰਤ ਨਾਲ ਜੁੜ ਗਏ ਕਿਰਤ ਸ਼ੁਰੂ ਹੁੰਦੀ ਹੈ ਸਰੀਰ ਤੋਂ ਜੀ ਤੇ ਸਰੀਰ ਵਿੱਚ ਆ ਕੇ ਮਨ ਕਰਮ ਕਰਦਾ ਜਦੋਂ ਕਰਮ ਇੰਦਰੀਆਂ ਦਾ ਇਸਤੇਮਾਲ ਕਰਦਾ ਬਿਲਕੁਲ ਜੀ ਹੁਣ ਕਰਮ ਕਰਦਿਆਂ ਕਰਦਿਆਂ ਉਹਦਾ ਧਿਆਨ ਡਿਵਰਟ ਹੋ ਗਿਆ ਹੂੰ ਉਹਨੇ ਕਰਮ ਨੂੰ ਪਹਿਲ ਦੇ ਦਿੱਤੀ ਜੀ ਤੇ ਜਿਦ ਤਰ ਹੁਣ ਬਹੁਤ ਜੀ ਜੀਵ ਕਰਮ ਕਰਨ ਲੱਗ ਪਏ ਹੂੰ ਤੋਂ ਆਂਦੇ ਕਰਮ ਹੀ ਪੂਜਾ ਆ ਬਿਲਕੁਲ ਹਾਂਜੀ ਉਹ ਕਰਮ ਕਰਦੇ ਕਰਦੇ ਆ ਆਪਣਾ ਕਰਮ ਬੜੇ ਪਿਆਰ ਦੇ ਨਾਲ ਬੜੇ ਸਨੇਹ ਨਾਲ ਬੜੇ ਤਰੀਕੇ ਨਾਲ ਕਰਦੇ ਆ ਜੀ ਪਰ ਉਹਨਾਂ ਨੂੰ ਇਸ ਚੀਜ਼ ਦਾ ਚੇਤਾ ਭੁੱਲ ਜਾਂਦਾ ਵੀ ਕਰਮ ਜਿਹੜਾ ਆ ਇਹ ਸਾਨੂੰ ਕਿੰਨੇ ਦਿੱਤਾ ਵਾ ਹਮ ਜਿਹੜਾ ਅਸੀਂ ਕਰਮ ਕਿੰਨੇ ਵੀ ਇਹ ਮੈਂ ਚੰਗਾ ਕਰਮ ਕਰਦਾ ਜੀ ਤੇ ਮੈਨੂੰ ਸਿੱਖਿਆ ਲੈਣ ਦੀ ਲੋੜ ਨਹੀਂ ਆ ਮੈਨੂੰ ਸਿੱਖੀ ਧਾਰਨ ਦੀ ਲੋੜ ਨਹੀਂ ਹੈਗੀ ਫਿਰ ਉਹਨਾਂ ਨੂੰ ਉਹ ਚੇਤਾ ਭੁੱਲ ਜਾਂਦਾ ਤੇ ਉਹਨੂੰ ਗੁਰੂ ਸਾਹਿਬ ਯਾਦ ਕਰਾਉਂਦੇ ਆ ਵੀ ਜਿਹੜਾ ਇਹ ਕਰਮ ਆ ਜਿਹਦੇ ਨਾਲ ਤੂੰ ਆਪਣੇ ਆਪ ਨੂੰ ਸਟਕ ਕਰ ਲਿਆ ਬੰਨ ਲਿਆ ਜੀ ਤੇ ਤੂੰ ਇਹ ਚੇਤਾ ਕਰ ਕਹਿੰਦੇ ਕਰਮੇ ਬਦ ਤੁਮ ਜੀਓ ਕਹਿਤ ਹੋ ਕਰਮੇ ਕੇ ਕਿੰ ਜੀਓ ਦੀਨ ਰੇ ਵੀ ਆਪਣੇ ਆਪ ਨੂੰ ਕਰਮ ਦੇ ਨਾਲ ਬੰਨ ਲਿਆ ਵੀ ਮੈਂ ਕੰਮ ਕਰਦਾ ਮੈਂ ਅੱਛਾ ਕੰਮ ਕਰਦਾ ਮੈਂ ਤਾਂ ਮਾੜਾ ਕੰਮ ਕਰਦਾ ਹੀ ਨਹੀਂ ਹਾਂਜੀ ਬਿਲਕੁਲ ਪਰ ਉਹ ਕਹਿੰਦੇ ਵੀ ਤੈਨੂੰ ਇਹ ਜਿਹੜਾ ਕਰਮ ਆ ਇਹ ਤੇਰਾ ਕਰਮ ਸਵਾਸ ਦੇ ਉੱਪਰ ਆ ਜੇ ਤੇਰਾ ਸਵਾਸ ਆ ਰਿਹਾ ਤੇ ਤਾਂ ਹੀ ਚੰਗਾ ਕੰਮ ਕਰ ਸਕਦਾ ਤੂੰ ਬਿਲਕੁਲ ਬਿਲਕੁਲ ਜੀ ਜੇ ਸਵਾਸ ਆ ਰਿਹਾ ਤੇ ਤਾਂ ਹੀ ਕਰਮ ਕਰ ਸਕਦਾ ਤੂੰ ਤੇ ਤੂੰ ਨੂੰ ਚੇਤਾ ਭੁੱਲ ਗਿਆ ਵੀ ਤੈਨੂੰ ਸਵਾਸ ਕੌਣ ਦੇ ਰਿਹਾ ਵਾ ਹੂੰ ਤੇਰਾ ਫਰਜ਼ ਬਣਦਾ ਸੀ ਕਰਮ ਦੇ ਨਾਲ ਨਾਲ ਜਿਹੜਾ ਤੈਨੂੰ ਸਵਾਸ ਦੇ ਰਿਹਾ ਤੂੰ ਉਹਦਾ ਵੀ ਧਿਆਨ ਤਰਦੋ ਹੂੰ ਪੰਜ ਤੱਤ ਮਿਲ ਕੇ ਆਇਆ ਕੀਨੇ ਤੱਤ ਕਹਾਂ ਤੇ ਕੀਨਰੇ ਵੀ ਤੂੰ ਇਸ ਕਰਮ ਦੇ ਨਾਲ ਨਾਲ ਇਸ ਦੇਹੀ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਲਿਆ ਤੇ ਕਹਣਾ ਸ਼ੁਰੂ ਕਰਦਾ ਮੈਂ ਦੇ ਨਾਲ ਚੰਗੇ ਕੰਮ ਕਰਦਾ ਵਧੀਆ ਕੰਮ ਕਰਦਾ ਪਰ ਇਹ ਜਿਹੜਾ ਤਤਾਂ ਦਾ ਸਰੀਰ ਮਿਲਿਆ ਤੈਨੂੰ ਕਿੱਥੋਂ ਮਿਲਿਆ ਵਾ ਇਹ ਜਿਹੜਾ ਕਰਮ ਮਿਲਿਆ ਕਰਮ ਤੇਰਾ ਇੱਕ ਸਵਾਸ ਦੇ ਉੱਪਰ ਆ ਬਿਲਕੁਲ ਤੇ ਹੁਣ ਉਹ ਜੀਵ ਜਿਹੜਾ ਉਹ ਕਰਮ ਨੂੰ ਹੀ ਪੂਜਾ ਸਮਝ ਲੈਂਦਾ ਉਹਨੂੰ ਕਹਿੰਦੇ ਰਜੋਗੁਣ ਤੇ ਫਸ ਗਿਆ ਹੂੰ ਰਜੋਗੁਣ ਤੋਂ ਚਲਦੇ ਆ ਚਲਦੇ ਆ ਉਹ ਜਦੋਂ ਸਵਾਸ ਦੇਣ ਵਾਲੇ ਨੂੰ ਭੁੱਲ ਗਿਆ ਜੀ ਉਹਨੂੰ ਫਿਰ ਗੁਰਬਾਣੀ ਦੇ ਵਿੱਚ ਚੇਤਾ ਕਰਾਉਂਦੇ ਆ ਹੂੰ ਕਹਿੰਦੇ ਤੇਰਾ ਜਿਹੜਾ ਕਰਮ ਆ ਤੇਰਾ ਜਿਹੜਾ ਇਹ ਸਰੀਰ ਤਤਾਂ ਦਾ ਬਣਿਆ ਹੋਇਆ ਇੱਕ ਸਵਾਸ ਤੇ ਨਿਰਭਰ ਕਰਦਾ ਤੇ ਸਵਾਸ ਕੌਣ ਦੇ ਰਿਹਾ ਤੈਨੂੰ ਹੁਣ ਆਮ ਜੀਵ ਨੂੰ ਨਹੀਂ ਪਤਾ ਹੁਣ ਜਿੰਨੇ ਉਹ ਸਵਾਸ ਦੇਣ ਵਾਲੇ ਨੂੰ ਦੇਖਿਆ ਹਮ ਤੇ ਉਹ ਗੁਰੂ ਸਾਹਿਬ ਉਹ ਸਮਝਾਉਂਦੇ ਆ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਣਾ ਉਹਦੇ ਕਰਮ ਦੇ ਨਾਲ ਨਾਲ ਪਹਿਲਾਂ ਉਹਦੇ ਨਾਲ ਵੀ ਮਲਾਪ ਕਰੋ ਜਿਹੜਾ ਤੁਹਾਨੂੰ ਇੱਥੇ ਭੇਜਣ ਵਾਲਾ ਵਾ ਜਿਹੜਾ ਤੁਹਾਨੂੰ ਸੁਵਾਸ ਦੇ ਰਿਹਾ ਵਾ ਜਿਹਦਾ ਕਰਕੇ ਤੁਹਾਡਾ ਜੀਵਨ ਆ ਤੇ ਉਹ ਫਿਰ ਜਦੋਂ ਸਾਨੂੰ ਅਸੀਂ ਗੱਲਬਾਤ ਕਰਦੇ ਆ ਉਤੋਂ ਫਿਰ ਜਿਹੜੇ ਜੀਵ ਧਿਆਨ ਦਿੰਦੇ ਆ ਉਹਨਾਂ ਦੀ ਸਿੱਖਿਆ ਸ਼ੁਰੂ ਹੁੰਦੀ ਆ ਉਹਨੂੰ ਸਿੱਖੀ ਕਹਿੰਦੇ ਆ ਵੀ ਕਿਵੇਂ ਉਹਦੇ ਨਾਲ ਜੁੜਿਆ ਜਾਵੇ ਕਿ ਕਿ ਬਹੁਤ ਲੋਕਾਂ ਦਾ ਇਹ ਜਦੋਂ ਮੈਂ ਵੀ ਗੁਰਬਾਣੀ ਪੜ੍ਹਦਾ ਜਾਂ ਗੁਰਨਾਨਕ ਬਾਛਲ ਇਤਿਹਾਸ ਵੀ ਪੜ੍ਹਦੇ ਆ ਤਾਂ ਉਦੋਂ ਐਵੇਂ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਨੇ ਬਿਸ਼ੈਦ ਕੋਈ ਧਰਮ ਨਹੀਂ ਸੀ ਬਣਾਇਆ ਉੱਚ ਸਗੋਂ ਦੂਜੇ ਧਰਮਾਂ ਦਾ ਖੰਡਨ ਕੀਤਾ ਗਿਆ ਜਿਹੜੇ ਉਹ ਚ ਪਖੰਡ ਆ ਗਏ ਜੋ ਉਹਦੇ ਚ ਕਰਮकांड ਆ ਗਏ ਉਹਨਾਂ ਦਾ ਥਾਂ ਥਾਂ ਤੇ ਖੰਡਨ ਮਿਲਦਾ ਕੀ ਗੁਰੂ ਸਾਹਿਬ ਵੀ ਚਾਹੁੰਦੇ ਸੀ ਵੀ ਉਹਨਾਂ ਵਰਗਾ ਜੇ ਉਹਨਾਂ ਨੂੰ ਬੈਟਰ ਇੱਕ ਧਰਮ ਬਣਾਉਣਾ ਜਿਵੇਂ ਹੁਣ ਅੱਜ ਸਿੱਖ ਧਰਮ ਹੈਗਾ ਇਹ ਗੁਰੂ ਸਾਹਿਬ ਦੇ ਦਾ ਕੈਸਾ ਹੋਇਆ ਸੀ ਜਾਂ ਇਹ ਬਾਅਦ ਚ ਹੌਲੀ-ਹੌਲੀ ਚੇਂਜੇਜ਼ ਆਈਆਂ ਨੇ ਗੁਰੂ ਸਾਹਿਬ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਹੀ ਇਹ ਸੀ ਵੀ ਜਿਹੜੇ ਜੀਵ ਸੰਸਾਰ ਚ ਆਏ ਜੀ ਉਹ ਕਰਮ ਨਾਲ ਆਣ ਕੇ ਜੁੜ ਗਏ ਕਰਮ ਨਾਲ ਕਰਦੇ ਆ ਕਰਦੇ ਆ ਉਹ ਸਤੋਗੁਣ ਤੱਕ ਸੀਮਤ ਹੋ ਗਏ ਜੀ ਜਿਵੇਂ ਉਹਨਾਂ ਨੇ ਕਿਹਾ ਵੀ ਚੰਗਾ ਕੰਮ ਕਰ ਲਓ ਹਾਂਜੀ ਕਿਸੇ ਨੇ ਸੋਚਿਆ ਵੀ ਦਾਨ ਕਰ ਲੋ ਕਿਸੇ ਨੇ ਸੋਚਿਆ ਪੁੰਨ ਕਰ ਲੋ ਬਿਲਕੁਲ ਜੀ ਹੁਣ ਉਥੇ ਚਲਦੇ ਆ ਚਲਦੇ ਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਜੁੜਨ ਦੀ ਕਹਾਣੀ ਦੱਸਣੀ ਸੀ ਹਮ ਉਹਨਾਂ ਨੇ ਉਹ ਜਿਹੜੇ ਜੀਵ ਕਰਮ ਕਰਦੇ ਸੀ ਆਪਣੀ ਖੇਤੀ ਕਰਦੇ ਸੀ ਦਿਹਾੜੀ ਕਰਦੇ ਸੀ ਦੁਕਾਨ ਕਰਦੇ ਸੀ ਬਿਜ਼ਨਸ ਕਰਦੇ ਸੀ ਕੋਈ ਕਰਦੇ ਸੀ ਉਹਨਾਂ ਨੂੰ ਪਰਮਾਉਣਾ ਸ਼ੁਰੂ ਕਰ ਲਿਆ ਹਮ ਪਰਮਾਉਣਾ ਕੀ ਸ਼ੁਰੂ ਕਰ ਲਿਆ ਜਿਸ ਤਰ੍ਹਾਂ ਹੁਣ ਆਪਾਂ ਆਮ ਸਕੂਲ ਦੇਖਦੇ ਆਂ ਤੇ ਸਕੂਲ ਦੇ ਵਿੱਚ ਬੱਚੇ ਨੇ ਪੜ੍ਹਾਈ ਕਰਨੀ ਹੁੰਦੀ ਹੈ। ਬਿਲਕੁਕੁਲ। ਤੇ ਪੜ੍ਹਾਈ ਕਰਕੇ ਉਹਨੇ ਕੋਈ ਅਫਸਰ ਬੰਨਾ ਹੈ, ਕੋਈ ਟੀਚਰ ਬੰਨਾ ਹੈ, ਕੋਈ ਨੇ ਬਿਜ਼ਨਸਮੈਨ ਬੰਨਾ ਹੈ। ਹੁਣ ਆਮ ਆਪਾਂ ਕੀ ਦੇਖਦੇ ਆਂ ਵੀ ਕਈ ਜਿਹੜੇ ਟੀਚਰ ਹੁੰਦੇ ਨੇ, ਕਈ ਸਕੂਲ ਵਾਲੇ ਉਹ ਕਹਿਣਗੇ ਬੱਚਿਆਂ ਨੂੰ ਵੀ ਫਿਕਰ ਨਾ ਕਰੋ। ਹੂੰ। ਵੀ ਤੁਸੀਂ ਪੜੋ ਨਾ। ਹਾਂਜੀ ਤੁਹਾਨੂੰ ਅਸੀਂ ਨਕਲ ਮਾਰਾ ਦੇਾਂਗੇ, ਤੁਹਾਨੂੰ ਪਾਸ ਕਰ ਦੇਾਂਗੇ। ਤੁਸੀਂ ਸਾਨੂੰ ਪੈਸੇ ਦੇ ਦਿਓ, ਆਹ ਦੇ ਦਿਓ, ਆਮ ਆਪਾਂ ਪਿਛੇ ਦੇਖ ਰਹੇ ਆਂ, ਹਾਂ। ਹੁਣ ਜਿਨ੍ਹਾਂ ਨੇ ਕੋਈ ਪ੍ਰਮਾਤਮਾ ਦੀ ਗੱਲ ਦੱਸਣੀ ਸੀ ਉਹਨਾਂ ਨੇ ਜਿਹੜੇ ਰਜੋਗੁਣ ਤੇ ਲੋਕ ਕੰਮ ਕਰਦੇ ਸੀ ਉਹਨਾਂ ਦਾ ਫਾਇਦਾ ਚੁੱਕਿਆ ਹੂੰ ਫਾਇਦਾ ਚੁੱਕ ਕੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਤੁਸੀਂ ਦਾਨ ਕਰੋਗੇ ਤੇ ਸਵਰਗਾਂ 'ਚ ਚਲ ਜਾਓਗੇ ਜੇ ਤੁਸੀਂ ਨਾ ਕੀਤਾ ਤਾਂ ਤੁਹਾਨੂੰ ਨਰਕ ਮਿਲਣਗੇ ਹੂੰ ਹੁਣ ਡਰ ਦੇ ਮਾਰੇ ਜਿਹੜੇ ਲੋਕ ਸੀ ਉਹਨਾਂ ਨੇ ਕੀ ਕੀਤਾ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਤੇ ਤੀਰਥਾਂ ਤੇ ਨਾਉਣਾ ਸ਼ੁਰੂ ਕਰ ਦਿੱਤਾ ਉਥੋਂ ਤੱਕ ਜੀਵ ਫਸ ਕੇ ਰਹਿ ਗਏ ਤੇ ਉਹਨਾਂ ਲੋਕਾਂ ਨੇ ਕੀ ਕੀਤਾ ਸਿਮਰਤ ਸਾਸਤਰ ਪਾਪ ਪੁੰਨ ਵਿਚਾਰਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁਤਾ ਤਿੰਨਾ ਗੁਣਾ ਦੇ ਵਿੱਚ ਜੀਵਾ ਨੂੰ ਰੱਖਿਆ ਤੇ ਉਹਨਾਂ ਨੂੰ ਗਲਤ ਗਾਈਡ ਕਰਦਾ ਮਿਸ ਗਾਈਡ ਕਰਦਾ ਲੋਕ ਇਥੋਂ ਤੱਕ ਸੀਮਤ ਹੋ ਗਏ ਕੀ ਦਾਨ ਕਰ ਲਿਆ ਪੁੰਨ ਕਰ ਲਿਆ ਇਹ ਬਹੁਤ ਵੱਡਾ ਧਰਮ ਹੈ ਜੀ ਪਰ ਉਹ ਇੱਥੋਂ ਤੱਕ ਕਰਦੇ ਗਏ ਕਰਦੇ ਗਏ ਕਰਦੇ ਗਏ ਪਰ ਉਹ ਸੱਚ ਤੱਕ ਨਹੀਂ ਪਹੁੰਚੇ ਗੁਰੂ ਨਾਨਕ ਦੇਵ ਜੀ ਜਦੋਂ ਆਏ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਜੀਵ ਮਿਹਨਤ ਬਹੁਤ ਕਰਦੇ ਆ ਪਰ ਇਹ ਮਿਸ ਗਾਈਡਡ ਹੋ ਗਿਆ ਇਹ ਪੁੰਨ ਦਾਨ ਜੋ ਬੀਜ ਦੇ ਸਰ ਧਰਮ ਰਹਿ ਕੇ ਜਾਈ ਇਹ ਜੋ ਦਾਨ ਪੁੰਨ ਕਰਦੇ ਤੇ ਧਰਮ ਰਾਇ ਨੇ ਲੁੱਟ ਲੈਣਾ ਇਹਨਾਂ ਦਾ ਇਹਨਾਂ ਨੂੰ ਤੇ ਨਾਮ ਪ੍ਰਾਪਤ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਇਹ ਨਾਮ ਦੇ ਨਾਲ ਨਾ ਜੁੜੇ ਇਹਨਾਂ ਨੂੰ ਨਾਮ ਦੀ ਵਿਦਿਆ ਨਾ ਮਿਲੀ ਨਾਮ ਦਾ ਪਤਾ ਨਾ ਲੱਗਾ ਤੇ ਮੁਕਤ ਨਹੀਂ ਹੋ ਸਕਦੇ ਅਮਰ ਨਹੀਂ ਹੋ ਸਕਦੇ ਉੱਥੇ ਫਿਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਵਿਦਿਆ ਦੇਣੀ ਸ਼ੁਰੂ ਕੀਤੀ ਉਹ ਧਰਮ ਦੀ ਅਸਲ ਵਿਦਿਆ ਸੀਗੀ ਅੱਛਾ ਗੁਰੂ ਨਾਨਕ ਦੇਵ ਜੀ ਨੇ ਫਿਰ ਧਰਮ ਦਾ ਫਲਸਫਾ ਦੱਸਿਆ ਉਹਨਾਂ ਦੱਸਿਆ ਕਿ ਧਰਮ ਇੱਕ ਪੜਾਈ ਆ ਧਾਰਮਿਕ ਵਿਦਿਆ ਆ ਜੇ ਤੁਸੀਂ ਧਰਮ ਦੇ ਮਾਰਗ ਤੇ ਚੱਲਣਾ ਤੇ ਤੁਹਾਨੂੰ ਨਾਮ ਦਾ ਭੇਦ ਆਉਣਾ ਚਾਹੀਦਾ ਜੀ ਇਹ ਸਤੋਗੁਣ ਤੋਂ ਉੱਪਰ ਉਠੋ ਤੇ ਸਤੋਗੁਣ ਤੋਂ ਉੱਪਰ ਉੱਠ ਕੇ ਤੁਸੀਂ ਉਸ ਨਾਮ ਨੂੰ ਪੁੱਜੋ ਹਮ ਤੇ ਉਹਨਾਂ ਨੇ ਫਿਰ ਬਾਣੀ ਚ ਦੱਸਿਆ ਮਾਰੇ ਕਹਿੰਦੇ ਗਏ ਕਲਮੇ ਇੱਕ ਨਾਮ ਕਿਰਪਾ ਨਿਧ ਹਮ ਜਾਏ ਜਪੇ ਗਤ ਪਾਵੇ ਔਰ ਧਰਮ ਤਾਂ ਕੇ ਸਮਨਾ ਹਨ ਇਹ ਬਿਦ ਬੇਦ ਬਤਾਵੇ ਉਹਨਾਂ ਦੇ ਜੇ ਤੁਸੀਂ ਅਸਲ ਧਰਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜਿੱਥੋਂ ਲਿਵ ਟੁੱਟੀ ਹੋਈ ਹੈ ਤੁਸੀਂ ਦਾਨ ਕਰਦੇ ਹੋ ਪੁੰਨ ਕਰਦੇ ਹੋ ਤੀਰਥਾਂ ਤੇ ਜਾਂਦੇ ਹੋ ਪਰ ਇਸ ਤੋਂ ਅੱਗੇ ਆ ਮੁਕਤੀ ਦਾ ਦਰ ਉਹ ਫਿਰ ਗੁਰੂ ਨਾਨਕ ਦੇਵ ਜੀ ਨੇ ਅਸਲ ਰਸਤਾ ਦੱਸਿਆ ਇਹ ਜਿਹੜੇ ਜੀਵ ਸੀ ਉਹ ਜੀਵਾਂ ਨੂੰ ਭਰਮ ਵਿੱਚ ਪਾ ਦਿੰਦੇ ਸੀ ਤੇ ਮਹਾਰਾ ਨੇ ਬਚਨ ਕੀਤਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆ ਖਾਏ ਜੋਗੀ ਯੋਗਿਤ ਨਾ ਜਾਣੇ ਅੰਦ ਤੀਨੋਂ ਉਹ ਜਾੜੇ ਕਾ ਬੰਦ ਪੀਏ ਤੁਹਾਡਾ ਸ਼ੋਸ਼ਨ ਕਰਦੇ ਆ ਤੁਹਾਨੂੰ ਸਹੀ ਰਸਤਾ ਦੱਸ ਦੇਣੀ ਹੈਗੇ ਗੁਰੂ ਨਾਨਕ ਦੇਵ ਜੀ ਨੇ ਉਥੇ ਫਿਰ ਨਾਮ ਦੀ ਗੱਲ ਦੱਸੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਕਰੀ ਜਾਓਗੇ ਤੀਰਤ ਵਰਤ ਅਰਦਾਨ ਕਰ ਮਨ ਮੇ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜੁਮਕੁੰਚ ਰਿਸ਼ਨਾਣ ਕਿ ਇਹਦੇ ਦਲ ਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਜੇ ਤੁਸੀਂ ਜਾਣਾ ਤੇ ਕੀ ਕਰੋ ਉਹਨੇ ਕਿ ਹਰਕਾ ਨਾਮ ਧਿਆਏ ਹੂੰ ਪਹਿਲਾਂ ਹਰੀ ਦੇ ਨਾਮ ਨੂੰ ਧਿਆਓ ਫਿਰ ਉਸ ਨਾਮ ਦੇ ਨਾਲ ਆਪਣੇ ਲਿਵ ਜੋੜ ਦਿਓ ਕਹਿੰਦੇ ਹਰਕਾ ਨਾਮ ਧਿਆਏ ਸੁਣ ਸਬਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮੰਨ ਤੇ ਜਾਏ ਘਮਾਨ ਗੁਰੂ ਨਾਨਕ ਦੇਵ ਜੀ ਨੇ ਇੱਕ ਵੱਖਰਾ ਰਸਤਾ ਸ਼ੁਰੂ ਕੀਤਾ ਉਹ ਜਿਹੜਾ ਸੀ ਵੀ ਨਾਮ ਦੇ ਨਾਲ ਜੁੜਨਾ ਜਿਦੋਂ ਆਪਾਂ ਜੀ ਵਦਾਂਤ ਨੂੰ ਵੀ ਪੜ੍ਹੀਏ ਜਾਂ ਕ੍ਰਿਸ਼ਨ ਜੀ ਦੇ ਰਾਮ ਜੀ ਦੇ ਇਤਿਹਾਸ ਪੜ੍ਹਦੇ ਹਾਂ ਉਹਨਾਂ ਦੀ ਬੜੀ ਗੱਲ ਆਉਂਦੀ ਆ ਨੀ ਵੀ ਆ ਰਾਮ ਦਾ ਨਾਮ ਲਿਖ ਕੇ ਉਹਨਾਂ ਨੇ ਆਧਾਰ ਕਰਤਾ ਵੀ ਰਾਮਚੰਦਰ ਕਹਿੰਦੇ ਮੈਂ ਨਹੀਂ ਮੇਰੇ ਜਿਹੜਾ ਨਾਮ ਉਹ ਬਟਾ ਹੈ ਕ੍ਰਿਸ਼ਨ ਜੀ ਦੀ ਵੀ ਇੱਕ ਇਦਾਂ ਦੀ ਸਾਖੀ ਮਿਲਦੀ ਆ ਇਹਨਾਂ ਮਤਲਬ ਨਾਮ ਪਹਿਲਾਂ ਵੀ ਇੰਟਰੋਡਿਊਸ ਸੀ ਜਾਂ ਗੁਰਬਾਣੀ 'ਚ ਵੀ ਜਿਵੇਂ ਪ੍ਰਮਾਣ ਮਿਲਦੇ ਆ ਕਿ ਬੇਤਾਂ ਮੇ ਨਾਮ ਉਤਮ ਹੈ ਬਿਲਕੁਲ ਹਾਂਜੀ ਸੁਣੇ ਨਹੀਂ ਜਦੋਂ ਤੋਂ ਸ੍ਰਿਸ਼ਟੀ ਰਚੀ ਗਈ ਜੀ ਇਹ ਸ੍ਰਿਸ਼ਟੀ ਹੀ ਨਾਮ ਤੋਂ ਸ਼ੁਰੂ ਹੋਈ ਹੈ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਨਾ ਹੋਈ ਹਾਂਜੀ ਇੱਥੇ ਧਰਤੀ ਨਹੀਂ ਸੀ ਚੰਦ ਸੂਰਜ ਨਹੀਂ ਸੀ ਖੰਡ ਬ੍ਰਹਿਮੰਡ ਕੁਝ ਨਹੀਂ ਸੀ ਚਾਰਾਸੀ ਨਹੀਂ ਸੀ ਇੱਥੇ ਸੱਚ ਮੌਜੂਦ ਸੀ ਹਮ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ ਸੁਣਿਆ ਆਦ ਸੱਚ ਜੀ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲੇ ਇੱਥੇ ਪ੍ਰਕਾਸ਼ ਸੀ ਸੱਚ ਸੀ ਹੁਣ ਜਦੋਂ ਸੱਚ ਨੇ ਇਹ ਸ੍ਰਿਸ਼ਟੀ ਸ਼ੁਰੂ ਕੀਤੀ ਜੀ ਸੱਚ ਨੂੰ ਨਿਰਾਕਾਰ ਕਿਆ ਜਿਨ੍ਹਾਂ ਦਾ ਰੂਪ ਰੰਗ ਰੇਖ ਪੇਖ ਨਹੀਂ ਉਸ ਸੱਚ ਦੇ ਵਿੱਚੋਂ ਇੱਕ ਆਵਾਜ਼ ਪੈਦਾ ਹੋਈ ਹੂੰ ਉਹ ਜਿਹੜੀ ਆਵਾਜ਼ ਪੈਦਾ ਹੋਈ ਉਹ ਇੰਨੀ ਜ਼ੋਰਦਾਰ ਸੀ ਕਿ ਜਿੱਥੇ ਇਹ ਸਾਰਾ ਬ੍ਰਹਮ ਸੀ ਇਹ ਜਿੱਥੇ ਬ੍ਰਹਮ ਹੀ ਬ੍ਰਹਮ ਸੀ ਨਾ ਇਹਨੂੰ ਗੁਰਬਾਣੀ 'ਚ ਉਹਨਾਂ ਨੇ ਕਿਹਾ ਬ੍ਰਹਮੰਡ ਜੀ ਇਸ ਤਰ੍ਹਾਂ ਆਪਣੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਉਦੋਂ ਆਪਾਂ ਦਰਿਆ ਦੇ ਕਿਨਾਰੇ ਤੇ ਆਪਾਂ ਕਹਿੰਦੇ ਵੇਨੇ ਆ ਨਾ ਪੀ ਤੇ ਫਸਲ ਨਹੀਂ ਆ ਗਈ ਮੰਡ ਹੀ ਮੰਡਿਆ ਹੈ ਨਾ ਐਸਾ ਇਥੇ ਬ੍ਰਹਮ ਹੀ ਬ੍ਰਹਮ ਸੀ ਪ੍ਰਕਾਸ਼ ਸੀ ਉਹਨੂੰ ਕਹਿੰਦੇ ਬ੍ਰਹਮਾੰਡ ਇਹਦੇ ਬ੍ਰਹਮ ਸੀ ਉਸ ਬ੍ਰਹਮ ਦੇ ਵਿੱਚੋਂ ਇੱਕ ਬਹੁਤ ਜ਼ੋਰਦਾਰ ਧਮਾਕਾ ਹੋਇਆ ਤੇ ਉਸ ਧਮਾਕੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ਼ਬਦ ਹੋਇਆ ਇਹ ਪੁਰਾਣੀ ਭਾਸ਼ਾ ਵਾ ਜੀ 500 ਸਾਲ ਪਹਿਲੀ ਭਾਸ਼ਾ ਜਦੋਂ ਕਿਤੇ ਕੋਈ ਧਮਾਕਾ ਹੁੰਦਾ ਸੀ ਨਾ ਤੇ ਮਾਰੇ ਉਦੋਂ ਕਹਿੰਦੇ ਨਹੀਂ ਸ਼ਬਦ ਹੋਇਆ ਫਲਾਨੀ ਥਾਂ ਤੇ ਹੁਣ ਉਹ ਪ੍ਰਕਾਸ਼ ਦੇ ਵਿੱਚੋਂ ਇੱਕ ਆਵਾਜ਼ ਪੈਦਾ ਹੋਈ ਉਹਨੂੰ ਕਹਿੰਦੇ ਸ਼ਬਦ ਹੂੰ ਉਹ ਜਿਹੜਾ ਸ਼ਬਦ ਪ੍ਰਗਟ ਹੋਇਆ ਉਹਨੂੰ ਇੱਕ ਗੁਰਬਾਣੀ ਦੀ ਧੁਨ ਕਿਹਾ ਵਾ ਹੂੰ ਤੇ ਸਰੂਪ ਨਾਰੇਖ ਅਨਾਹਦ ਵਾਜੇ ਹੂੰ ਸ਼ਬਦ ਨਰੰજન ਕੀਆ ਹੂੰ ਉਹ ਨਰੰજન ਦੇ ਵਿੱਚੋਂ ਇੱਕ ਬਹੁਤ ਜ਼ੋਰਦਾਰ ਆਵਾਜ਼ ਪੈਦਾ ਹੋਈ ਸ਼ਬਦ ਹੂੰ ਉਹ ਜਿਹੜਾ ਸ਼ਬਦ ਪ੍ਰਗਟ ਹੋ ਕੇ ਸਾਰੇ ਬ੍ਰਹਿਮੰਡ ਦੇ ਵਿੱਚ ਗੂੰਜਣ ਲੱਗ ਪਿਆ ਜੀ ਉਹ ਨੂੰ ਮਾਰਨ ਕਿਹਾ ਵਿਣ ਨਾਵੇਂ ਨਾਹੀਂ ਕੋਥਾਂ ਉਸ ਸ਼ਬਦ ਤੋਂ ਅੱਗੇ ਪੌਣ ਪੈਦਾ ਹੋਈ ਪੌਣ ਤੋਂ ਪਾਣੀ ਪਾਣੀ ਤੋਂ ਅਗਨ ਤੇ ਫਿਰ ਹੌਲੀ ਹੌਲੀ ਇਹ ਕ੍ਰिएशन ਸ਼ੁਰੂ ਹੋਈ ਮਰ ਗਿੰਦੇ ਸੱਚ ਤੇ ਪਵਨਾ ਭਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਨ ਸਾਜਿਆ ਘਟਕੜ ਜੋ ਉਸ ਵੇ ਜਦੋਂ ਸ੍ਰਿਸ਼ਟੀ ਰਚੀ ਗਈ ਉਹ ਸਾਰਾ ਆਕਾਰ ਸ਼ਬਦ ਦੇ ਉੱਪਰ ਆਇਆ ਜੀ ਹੁਣ ਆਪਣਾ ਜਿਹੜਾ ਸਰੀਰ ਆ ਜਦੋਂ ਇਹ ਤਿਆਰ ਹੋਇਆ ਪਹਿਲਾਂ ਇਹਦੇ ਵਿੱਚ ਸ਼ਬਦ ਲਗਿਆ ਫਿਰ ਉੱਪਰ ਸੂਖਮ ਆਕਾਰ ਦਿੱਤਾ ਗਿਆ ਫਿਰ ਤਤਾਂ ਦਾ ਕਪੜਾ ਦਿੱਤਾ ਗਿਆ ਹਮ ਮਰ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਦਾ ਆਕਾਰ ਹੁਣ ਉਹ ਸ਼ਬਦ ਸਾਰੇ ਬ੍ਰਹਿਮੰਡ ਵਿੱਚ ਤੇ ਜਿੰਨੇ ਵੀ ਆਕਾਰ ਤਿਆਰ ਹੋਏ ਸਾਰਿਆਂ ਦੇ ਵਿੱਚ ਗੂੰਜਣ ਲੱਗ ਪਿਆ ਹਮ ਹੁਣ ਉਹ ਜਿਹੜਾ ਨਾਮ ਹੈ ਉਹ ਸ਼ਬਦ ਸਾਡੇ ਅੰਦਰ ਵੀ ਚੱਲ ਰਿਹਾ ਹੈ ਵੇਦਾਂ ਦੇ ਵਿੱਚ ਉਸ ਨਾਮ ਦੀ ਮਹਿਮਾ ਕੀਤੀ ਗਈ ਚਾਰ ਪੁਕਾਰੇ ਨਾ ਤੂੰ ਮੰਨੇ ਖਟਪੀਏ ਕਾ ਬਾਤ ਬਖਾਨੇ 10 ਅਸਤੀ ਮਿਲ ਏਕੋ ਕਹਿਆ ਟੋਪੀ ਜੋਗੀ ਉਹਨੂੰ ਕਿਹਾ ਕਿੰਕਰੀ ਅਨੂਪ ਵਾਜੇ ਹੁਣ ਉਸ ਸ਼ਬਦ ਦੀ ਮਹਿਮਾ ਕੀਤੀ ਗਈ ਵੇਦਾਂ ਵਿੱਚ ਪਰ ਉਸ ਸ਼ਬਦ ਨੂੰ ਪ੍ਰਗਟ ਕਰਨ ਦਾ ਤਰੀਕਾ ਨਹੀਂ ਦੱਸਿਆ ਗਿਆ ਅੱਛਾ ਇਹ ਗੁਰੂ ਅਮਰਦਾਸ ਜੀ ਨੇ ਮੰਨਿਆ ਕਿਉਂਕਿ ਗੁਰੂ ਅਮਰਦਾਸ ਜੀ ਵੈਦਾਂ ਦੇ ਗਿਆਤਾ ਸੀ ਵੈਦਾਂ ਦੇ ਗਿਆਤਾ ਸੀ ਬਿਲਕੁਲ ਹੋਰ ਆਪਣੇ ਜੀਵਨ ਦੇ ਵਿੱਚ 22 ਵਾਰ ਉਹ ਗਏ ਜਿੱਤ ਕੇ ਆਏ ਜਦੋਂ ਜਿੱਤ ਕੇ ਆਏ ਉਹ ਗੁਰਮਖੰਡ ਦੇ ਨਾਲ ਉੱਥੇ ਵਿਚਾਰ ਹੋਈ ਜਦੋਂ ਆਪਣੇ ਪਿੰਡ ਸੀ ਉਹਨਾਂ ਦੇ ਨਾਲ ਸੰਗੀ ਮਿਲੇ ਗੱਲਬਾਤ ਚੱਲੀ ਉਹਨਾਂ ਨੇ ਸੁਭਾਵਕ ਪੁੱਛ ਲਿਆ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ ਤੇ ਉਹ ਕਹਿੰ ਲੱਗਾ ਮੈਂ ਤਾਂ ਗੁਰੂ ਧਾਨ ਨਹੀਂ ਕੀਤਾ ਜਿਤਨਾ ਅੱਜ ਕੱਲ ਥੋੜਾ ਬਹੁਤ ਲੋਕ ਪੜ੍ਹ ਲਿਖ ਜਾਂਦੇ ਆ ਉਹ ਕਹਿੰਦੇ ਸਾਨੂੰ ਗੁਰੂ ਦੀ ਲੋੜ ਨਹੀਂ ਹੈਗੀ ਪੀਸੀ ਤਾਂ ਪੜ ਗਏ ਸਾਨੂੰ ਤਾਂ ਪਤਾ ਲੱਗ ਗਿਆ ਹੁਣ ਉਥੇ ਮਾਰੇ ਨੂੰ ਜਦੋਂ ਵਿਚਾਰ ਹੋਈ ਤੇ ਉਹਨਾਂ ਗੁਰਮਖਣ ਪੁੱਛਿਆ ਵੀ ਅੰਮਰਦਾਸ ਜੀ ਜਦੋਂ ਤੁਸੀਂ ਆਪਣੇ ਨਿਜ ਘਰ ਜਾਂਦੇ ਜੇ ਤੇ ਪਰਮਾਤਮਾ ਦੀ ਆਵਾਜ਼ ਕਿਸ ਰੂਪ ਚ ਸੁਣਦੇ ਜੇ ਤੁਸੀਂ ਹੂੰ ਜਿਵੇਂ ਮਾਰੇ ਬਾਣੀ ਕਹਿੰਦੇ ਤਾਂ ਕੋ ਭੀਤਰ ਮਹਿਲ ਬੁਲਾਵੇ ਪੁੱਛੋ ਬਾਤ ਨਰੰਤੀ ਹੂੰ ਪੀ ਜਦੋਂ ਆਪਾਂ ਨਿਜ ਮਹਿਲ ਚ ਜਾਂਦੇ ਉਥੇ ਪਰਮਾਤਮਾ ਦੀ ਆਵਾਜ਼ ਸੁਣਦੀ ਹੈ ਜੀ ਤੇ ਉਹ ਕਹਿਣ ਲੱਗੇ ਵੀ ਮੈਨੂੰ ਨਿਜ ਮਹਿਲ ਦਾ ਅਨੁਭਵ ਨਹੀਂ ਹੋਇਆ ਹੂੰ ਉਹਨਾਂ ਦੇ ਗੁਰੂ ਨੇ ਕਰਾਉਣਾ ਸੀ ਉਹ ਫਿਰ ਮਹਾਰਾਜ ਦੀ ਸ਼ਰਨ 'ਚ ਆ ਗਏ ਗੁਰੂ ਅੰਗਦ ਦੇਵ ਜੀ ਸ਼ਰਨ 'ਚ ਆ ਗਏ ਇੱਥੇ ਜਦੋਂ ਉੱਥੇ ਵਿਚਾਰ ਹੋਈ ਉਹਨਾਂ ਨੇ ਅਨੁਭਵ ਦੱਸਿਆ ਉਹਨਾਂ ਕਹਿੰਦੇ ਵੀ ਅਭਿਆਸ ਕਰੋ ਤੇ ਦੋ ਚੀਜ਼ਾਂ ਰਿਕਾਵਟ ਹੁੰਦੀਆਂ ਨੇ ਇੱਕ ਗਿਆਨ ਤੇ ਇੱਕ ਆਪਣੇ ਅੰਦਰ ਲੋਕ ਲੱਜਿਆ ਪਰਮਾਤਮਾ ਨੂੰ ਮਿਲਣ ਵਾਸਤੇ ਕਹਿੰਦੇ ਸੁਣ ਸਕੀਏ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਹਉਮੈ ਤਜ ਲੋਕ ਲਕਾਨੀ ਉਹਨਾਂ ਨੇ ਵੀ ਹਉਮੈ ਦਾ ਅਸੀਂ ਅਕੱਲ ਆਪਣੇ ਸਭ ਕੁਝ ਛੱਡ ਦਿੱਤੇ ਤੇ ਲੋਕ ਲੱਜਿਆ ਕੋਈ ਨਹੀਂ ਅਸੀਂ ਤੁਹਾਡੀ ਸੇਵਾ ਕਰਾਂਗੇ ਲੋਕ ਕਹਣਗੇ ਕੁੜਮਾਂ ਦੀ ਸੇਵਾ ਕਰਦਾ ਹੂੰ ਉਹਨਾਂ ਦੇ ਸੇਵਾ ਕੀਤੀ ਸਿਮਰਨ ਕੀਤਾ ਉਹਨਾਂ ਨੂੰ ਜਦੋਂ ਅਨੁਭਵ ਹੋਇਆ ਹੂੰ ਤੇ ਉਹਨਾਂ ਨੇ ਫਿਰ 40 ਪੌੜੀਆਂ ਆਨੰਦ ਦੀਆਂ ਉਚਾਰਨ ਕੀਤੀਆਂ ਸ਼ਾਬਾਸ਼ ਫਿਰ ਉਹਨਾਂ ਨੇ ਕਿਹਾ ਹੂੰ ਉਹਨਾਂ ਨੇ ਕਿਹਾ ਮਨ ਚਾਉ ਭਇਆ ਪ੍ਰਭ ਆ ਗੰਮ ਸੁਣਿਆ ਵੀ ਹੁਣ ਮੈਨੂੰ ਉਹਦੀ ਆਵਾਜ਼ ਸੁਣਨ ਲੱਗ ਪਈ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾਉ ਨੇਤ ਸਕੀਏ ਸੋਖ ਦੋਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸੁਹਾਗੇ ਆਪਣਾ ਪਰ ਜਾਪੇ ਫਿਰ ਉਹਨਾਂ ਨੇ ਲਿਖਿਆ ਅਨਹਦ ਬਾਣੀ ਗੁਰ ਸ਼ਬਦ ਜਾਣੀ ਜਦੋਂ ਮੈਂ ਗੁਰ ਮੰਤਰ ਨੂੰ ਜਪਿਆ ਗੁਰੂ ਦੇ ਬਚਨ ਨੂੰ ਮੰਨਿਆ ਮੇਰੀ ਲਿਵ ਜੁੜ ਗਈ ਫਿਰ ਉਹਨਾਂ ਨੇ ਉਹ ਗੱਲ ਕੀਤੀ ਵੀ ਅਸੀਂ ਕੋਸ਼ਿਸ਼ ਕਰਦੇ ਸੀ ਬੜੇ ਵੇਦ ਪੜੇ ਪਰ ਅੰਦਰੋਂ ਮਨ ਨਹੀਂ ਸੀ ਸ਼ੁੱਧ ਜੀਵ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਵ ਮੈਲੇ ਤਿੰਨ ਜਨਮ ਜੁਇ ਹਾਰਿਆ ਵੇਦਾ ਮੇ ਨਾਮ ਉਤਮ ਉਹਨੇ ਨਾਮ ਦੀ ਗੱਲ ਸਾਨੂੰ ਪੜ੍ਹਦੇ ਸੀ ਪਰ ਪ੍ਰਗਟ ਨਹੀਂ ਸੀ ਸਾਡੇ ਅੰਦਰ ਤੇ ਅਸੀਂ ਕਮਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਸੀ ਕਿਉਂਕਿ ਜਿਵੇਂ ਸ਼ਮਾਰ ਕਹਿੰਦੇ ਨੇ ਬਿਨ ਨਾਮ ਹੈ ਜੱਗ ਕਮਲਾ ਫਿਰੇ ਜੀ ਉਹਨਾਂ ਨੇ ਸੋ ਕਿ ਜਦੋਂ ਨਾਮ ਨਾਲ ਲਿਬ ਟੁੱਟ ਗਈ ਜਿਹੜਾ ਮਨ ਹੈ ਉਹ ਆਪਣੇ ਘਰ ਨੂੰ ਭੁੱਲ ਜਾਂਦਾ ਉਹ ਆਪਣੀ ਖੁਰਾਕ ਨੂੰ ਭੁੱਲ ਜਾਂਦਾ ਉਹਨੂੰ ਆਪਣੇ ਆਪ ਦਾ ਨਹੀਂ ਪਤਾ ਰਹਿੰਦਾ ਤੇ ਜਿਸਾ ਇੱਥੇ ਕਈ ਆਪਾਂ ਦੇਖਦੇ ਨੇ ਫੁੱਟਪਾਥ ਦੇ ਉੱਪਰ ਜੀ ਪੀ ਮੰਨ ਲਓ ਇੱਥੇ ਵੀ ਹੋਣਗੇ ਆਪਣੇ ਤਾਂ ਉੱਧਰ ਹੁੰਦੇ ਆ ਹੁਣ ਕਿਸੇ ਨੂੰ ਪੁੱਛੇ ਵੀ ਤੂੰ ਕੌਣ ਐ ਉਹ ਕਹੇ ਮੈਨੂੰ ਪਤਾ ਨਹੀਂ ਵੀ ਤੂੰ ਕਿੱਥੇ ਜਾਣਾ ਉਹਨੇ ਮੈਨੂੰ ਪਤਾ ਨਹੀਂ ਤੇਰਾ ਘਰ ਕਿੱਥੇ ਐ ਉਹਨੇ ਪਤਾ ਨਹੀਂ ਤੇ ਆਪਾਂ ਉਹਨੂੰ ਕਹਿੰਨੇ ਵੀ ਇਹ ਮੈਂਟਲੀ ਡਿਸਟਰਬ ਐ ਕਮਲਾ ਐ ਹਨਾ ਇਸੇ ਤਰ੍ਹਾਂ ਉਹ ਕਹਿੰਦੇ ਜਦੋਂ ਸਾਡੀ ਨਾਮ ਨਾਲੋ ਲਿਵ ਟੁੱਟ ਜਾਂਦੀ ਐ ਨਾ ਅਸੀਂ ਆਪਣੇ ਨਿੱਜ ਘਰ ਨੂੰ ਭੁੱਲ ਜਾਂਦੇ ਆ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਹੱਕ ਕਿੱਥੋਂ ਆਏ ਆ ਤਾਂ ਉਹਨੇ ਫਿਰ ਉਹ ਵਸਤਾ ਹੋ ਜਾਂਦੀ ਬਿਨ ਨਾਵੇਂ ਜੱਗ ਕਮਲਾ ਫਿਰੇ ਤੇ ਕਮਲਾ ਕੀ ਕਰਦਾ ਵਾ ਤੁਸੀਂ ਦੇਖੋ ਵੀ ਉਹ ਨਾ ਪੋਟਲੀਆਂ ਬੰਨੀ ਜਾਊਗਾ ਲੀਰਾਂ ਇਕੱਠੀਆਂ ਕਰੀ ਜਾਊਗਾ ਉਹ ਜਦੋਂ ਸਾਡਾ ਮਨ ਕਮਲਾ ਹੋ ਗਿਆ ਉਹ ਕੀ ਕਰਦਾ ਇੱਥੋਂ ਦੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਪਦਾਰਥ ਇਕੱਠੀ ਕਰੀ ਜਾਂਦਾ ਤੋਂ ਦੇ ਬਿਨ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਉਹ ਹੀ ਸੇਮ ਚੀਜ਼ ਗੁਰੂ ਅਮਰਦਾਸ ਜੀ ਨੇ ਕਿਹਾ ਵੇਦਾਂ ਮੇ ਨਾਮ ਉਤਮ ਨਾਮ ਤਾਂ ਸੀਗਾ ਪਰ ਉਹ ਸਾਨੂੰ ਪਤਾ ਨਹੀਂ ਸੀ ਫਿਰ ਹੁਣ ਕਲ ਯੁਗ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਜੀ ਤੇ ਉਹਨਾਂ ਨੇ ਹਾਲਤ ਦੇਖੀ ਉਹਨਾਂ ਲੋਕਾਂ ਦੀ ਜਿਹੜੇ ਤੀਰਥਾਂ ਤੇ ਵਿਚਾਰੇ ਨੰਗੇ ਪੈਰੀਂ ਤੁਰੇ ਫਿਰਦੇ ਸੀ ਪਹਾੜਾਂ 'ਚ ਬੈਠੇ ਹੋਏ ਸੀ ਮਤਲਬ ਤਰਸ ਕੀਤਾ ਉਹਨਾਂ ਤੇ ਹੂੰ ਤੇ ਉਹਨਾਂ ਨੂੰ ਜਾ ਕੇ ਮਾਰੇ ਨੇ ਕਿਹਾ ਵੀ ਨਾਮ ਤੁਹਾਡੇ ਅੰਦਰ ਆ ਤੁਸੀਂ ਨਾਮ ਨੂੰ ਭੁੱਲੇ ਜੇ ਉਹ ਕਲ ਯੁਗ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਉਸ ਨਾਮ ਨੂੰ ਪ੍ਰਗਟ ਕੀਤਾ ਜਿਹੜਾ ਗੁਰੂ ਅਮਰਦਾਸ ਜੀ ਕਹਿੰਦੇ ਸੀ ਨਾ ਬਿਦਾ ਮੇ ਨਾਮ ਉਤਮ ਪਰ ਪ੍ਰਗਟ ਨਹੀਂ ਸੀ ਉਹਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਹਮ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭਜ ਪਿਆ ਜਿਨ ਨੇ ਗੁਰੂ ਦੀ ਮੱਤ ਤਾਨਨ ਕੀਤੀ ਹਮ ਵੀ ਗੁਰੂ ਦੇ ਸਕੂਲ ਵਿੱਚ ਆਏ ਗੁਰੂ ਦੇ ਰਸਤੇ ਨੂੰ ਪਕੜਿਆ ਤੇ ਪਤਾ ਲੱਗਣ ਲੱਗਾ ਤੇ ਫਿਰ ਕਹਿਣ ਲੱਗੇ ਨਾਨਕ ਕੇ ਕਰ ਕੇਵਲ ਨਾਮ ਇਹ ਜਿਹੜਾ ਨਾਨਕ ਦਾ ਕਰਾ ਇਹ ਨਾਮ ਦੀ ਗੱਲ ਕਰਦਾ ਵਾ ਬਾਕੀ ਸਾਨੂੰ ਕੋਈ ਕਿਤੇ ਜੋੜਦਾ ਕੋਈ ਕਿਤੇ ਜੋੜਦਾ ਉਹ ਤਾਂ ਫਿਰ ਉਹਨਾਂ ਨੇ ਕਿਹਾ ਵੀ ਨਾਮ ਸਾਡਾ ਜਿਹੜੀ ਬਸ ਜਿਹੜੀ ਪਤਾ ਕਿ ਕਿਤੀ ਹੁਣ ਉਹਨੂੰ ਸਾਰੇ ਸਾਇੰਸ ਵੀ ਵੀ ਮੰਨਦੀ ਆ ਸਾਰੇ ਭਤ ਧਰਮ ਵੀ ਮੰਨਦੇ ਆ ਕਿ ਵੀ ਇੱਕ ਆਵਾਜ਼ ਹੋਈ ਉਹਨੂੰ ਬਿਗ ਬੈਂਗ ਥਿਉਰੀ ਵੀ ਸਾਇੰਸ ਵਾਲੇ ਕਹਿੰਦੇ ਆ ਵੀ ਇੱਕ ਵੱਡਾ ਬਲਾਸਟ ਹੋਇਆ ਹਾਂਜੀ ਜਾ ਹਿੰਦੂ ਜਮ ਦੇ ਵਿੱਚ ਉਹ ਕਹਿੰਦੇ ਆ ਵੀ ਓੰਕਾਰ ਦੀ ਧੁਨ ਹੈ ਜਿਹੜੀ ਹੂੰ ਉਹੀ ਗੁਰੂ ਮਹਾਰਾਜ ਨੇ ਇੱਕ ਓੰਕਾਰ ਉਹਨੂੰ ਕਹਿ ਦਿੱਤਾ ਹੂੰ ਅ ਮੁਸਲਮਾਨ ਵੀਰ ਉਹ ਵੀ ਕਹਿੰਦੇ ਆ ਵੀ ਕੁੰਨ ਸ਼ਬਦ ਪ੍ਰਗਟ ਹੋਇਆ ਹੂੰ ਅ ਅੱਲਾ ਦੇ ਮੂੰਹ ਚੋਂ ਤੋਂ ਉੱਥੋਂ ਹੀ ਸ੍ਰਿਸ਼ਟੀ ਸਾਰੀ ਉਪਜੇਗੀ ਹੁਣ ਹੈਗਾ ਵੀ ਜਿਹੜਾ ਸਾਡਾ ਨਾਮ ਆ ਜਿਹੜਾ ਸਿੱਖਾਂ ਦਾ ਹੁਕਮ ਸਿੱਖਾਂ ਨੂੰ ਹੁਕਮ ਆ ਨਾਮ ਦਾ ਗੁਰਮਾਰਾ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਜੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਇੱਕ ਲਾਈਨ ਚ ਕਹਿਣਾ ਹੋਵੇ ਤਾਂ ਮੈਨੂੰ ਲੱਗਦਾ ਹੁੰਦਾ ਬਈ ਪੈਸੇ ਦਾ ਸਾ ਸਮੁੰਦਰ ਆ ਜਿਹੜੀਆਂ ਮੋٹے ਦੌਰ ਤੇ ਦੋ ਤਿੰਨ ਗੱਲਾਂ ਨੇ ਬਈ ਚੰਗੇ ਇਨਸਾਨ ਬਣੋ ਨਾਮ ਨਾਲ ਜੁੜੋ ਗੁਰਮਖੀ ਦੀ ਸੰਗਤ ਕਰੋ ਮੈਨੂੰ ਲੱਗਦਾ ਵੀ ਤਿੰਨ ਚੀਜ਼ਾਂ ਮੂਲ ਰੂਪ ਚ ਹਰ ਰੰਗ ਤੇ ਤੁਹਾਨੂੰ ਮਿਲਣਗੀਆਂ ਹੁਣ ਤੁਸੀਂ ਗੁਰਮੁਖ ਦੀ ਸੰਗਤ ਕਰਨ ਜਾਓਗੇ ਗੁਰਮੁਖ ਕਹੂਗਾ ਤੂੰ ਬਾਣੀ ਪੜ ਬਾਣੀ ਪੜੋਗੇ ਬਾਣੀ ਕਹੂਗੀ ਤੂੰ ਨਾਮ ਜਪ ਨਾਮ ਜਪ ਹੁਣ ਇੱਥੇ ਬੰਦਾ ਇੱਥੇ ਘੁੰਮੀ ਜਾਂਦਾ 30 40 ਸਾਲ ਤੱਕ ਨਾ ਹਰ ਬੰਦਾ ਅਮਰਤਾਰੀ ਹੋਣ ਤੋਂ ਬਾਅਦ ਵੀ ਇੱਥੇ ਘੁੰਮੀ ਜਾਂਦਾ ਮੈਂ ਗੁਰਮੁਖ ਦੀ ਸੰਗਤ ਕਰਾਂ ਮੈਂ ਬਾਣੀ ਪੜਾਂ ਕਿ ਮੈਂ ਨਾਮ ਜਪਾਂ ਫਿਰ ਜਦੋਂ ਨਾਮ ਦੀ ਗੱਲ ਆਉਂਦੀ ਆ ਹੋਰ ਆਲੇ ਦੁਆਲੇ ਪੜਦਾ ਫਿਰ ਉਹਨਾਂ ਲੱਗਦਾ ਵੀ ੴ ਅਸਲ ਚ ਨਾਮ ਜੋ ਤੋ ਕਿ ਸਾਨੂੰ ਵਾਇਗਰੂ ਮੰਤਰ ਪੰਜ ਸਿੰਘ ਸਹਿਬਾਨ ਤੋਂ ਮਿਲਦਾ ਹੂੰ ਤੇ ਜਾਂ ਮਾਰੇ ਨੇ ਕਿ ਸਤਨਾਓ ਤੇਰਾ ਪਰਾਪੂਰਬਲਾ ਹਾਂਜੀ ਬਈ ਹੁਣ ਕਿਹੜਾ ਨਾਮ ਆ ਏਕ ਓਂਕਾਰ ਵੀ ਚ ਆਪਣਾ ਜਾਂ ਵਾਇਗਰੂ ਮੰਤਰ ਜਪਣਾ ਜਾਂ ਹੁਣ ਬਹੁਤ ਬੰਦੇ ਕਹਿੰਦੇ ਆ ਵੀ ਵਾਇਗਰੂ ਮੰਤਰ ਮੈਂ ਬਿਨਾ ਲੈ ਹੀ ਜਪ ਰਿਹਾ ਹਾਂ ਮੈਂ ਸਵੇਰ ਨੂੰ ਔੜਨਾ ਮੈਂ ਸਵੇਰ ਨੂੰ ਕਰਦਾ ਬਈ ਜਦੋਂ ਕਿ ਮੇਰੇ ਵਰਗੇ ਨੂੰ ਕਹਿੰਦੇ ਵੀ ਤੁਸੀਂ ਤਾਂ ਸ਼ਰਧਾ ਕਰਦੇ ਵੀ ਨਹੀਂ ਹੁਣੇ ਮੈਂ ਕਰਦਾ ਜਿਹੜਾ ਨਹੀਂ ਅਮਰਦਾਰੀ ਬੰਦਾ ਉਹ ਵੀ ਕਹੀ ਜਾਂਦਾ ਕਹਿੰਦਾ ਮੈਂ ਕਰਦਾ ਜੀ ਇੱਥੇ ਹੁਣ ਮਾਰੇ ਦੇ ਨਾਲ ਜਦੋਂ ਆਪਾਂ ਸਾਂਝ ਪਾਉਂਨੇ ਕਿਉਂਕਿ ਹਰ ਇੱਕ ਜਿਹੜੀ ਚੀਜ਼ ਹੈ ਨਾ ਜੀ ਉਹ ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਦਿਖਦੀ ਹੈ ਬਿਲਕੁਲ ਜੀ ਹਾਂਜੀ ਕਿਉਂਕਿ ਮਾਰੇ ਨੇ ਕਿਹਾ ਸੀ ਗੁਰਬਾਣੀ ਇਸ ਜਗ ਮੇ ਚਾਨਣ ਬਿਲਕੁਲ ਜੀ ਕਰਮ ਵਸੇ ਮਨ ਆਏ ਕਿਉਂਕਿ ਇੱਥੇ ਹਨੇਰਾ ਵਾ ਹੂੰ ਇਹਨੂੰ ਚਿੱਟਾ ਹਨੇਰਾ ਕਹਿੰਦੇ ਆ ਜਿੱਥੇ ਧੁੰਦ ਪੈ ਜਾਂਦੀ ਹੈ ਹਾਂਜੀ ਆਪਣੇ ਆਪ ਦੇ ਵਿੱਚ ਜੀਵ ਜਿਹੜੇ ਆ ਉਹ ਧਰਮੇ ਆ ਉਹ ਕਹਿੰਦੇ ਭੀ ਅਸੀਂ ਜੋਗ ਕਰ ਰਹੇ ਆ ਐਜ਼ ਇਟ ਇਜ਼ ਵਧੀਆ ਹੂੰ ਤੇ ਜਦੋਂ ਤੁਸੀਂ ਦੇਖੋਗੇ ਨਾ ਇਸ ਤਰ੍ਹਾਂ ਤੁਹਾਨੂੰ ਸਾਰੇ ਧਰਮ ਦੇ ਜਿੰਨੇ ਵੀ ਦੁਆਰੇ ਆ ਹਾਂਜੀ ਪਰ ਕਿਸੇ ਦੇ ਨਾਲ ਰਿਲੇਟ ਕਰ ਲੋ ਭਰੇ ਨਜ਼ਰ ਆਉਣਗੇ ਹੂੰ ਹੂੰ ਆਂਦੇ ਬਹੁ ਵਿਦ ਧਰਮ ਨਰੂਪੀਏ ਕਰਤਾ ਦੀ ਸੇ ਸਭ ਲੋਏ ਧਰਮ ਦੀ ਕਿਰਿਆ ਕਰਦਾ ਤੇ ਸਾਰਾ ਕੁਝ ਕੋਈ ਤੁਹਾਨੂੰ ਦਿਸੇਗਾ ਹੂੰ ਬਹੁ ਵਿਦ ਧਰਮ ਨਰੂਪੀਏ ਕਰਤਾ ਦੀ ਸੇ ਸਭ ਲੋਏ ਕਿਹੇ ਕਰਮ ਤੇ ਛੁਟੀਏ ਜੇ ਸਾਦੇ ਸਿੱਧ ਹੋਏ ਪਰ ਧਰਮ ਦੀ ਕਿਰਿਆ ਤੇ ਕਰ ਰਿਹਾ ਪਰ ਛੁੱਟਣਾ ਕਿਵੇਂ ਆ ਇਹ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੂੰ ਇਹ ਸੁਰ ਕਰਕੇ ਜਦੋਂ ਵੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਹਿ ਭੀ ਕਿਸੇ ਗੁਰਮਖ ਦਾ ਸੰਗ ਕਰੀਏ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਗੁਰਮਖ ਦਾ ਸੰਗ ਕਰਨਾ ਹੈ ਨਾ ਜੀ ਗੁਰਮਤ ਦੀ ਕਸਵੱਟੀ ਤੇ ਨਾਲ ਆਪਾਂ ਪਰਖ ਕਰ ਲੈਣੀ ਆ ਬਿਲਕੁਲ ਪੀ ਜੋ ਉਹਦੇ ਬਚਨ ਚੱਲ ਰਿਹਾ ਇਹ ਗੁਰਬਾਣੀ ਦੇ ਅਨੁਕੂਲ ਆ ਹੂੰ ਕਿਉਂਕਿ ਗੁਰਬਾਣੀ ਦੇ ਵਿੱਚ ਜੋ ਸੰਤ ਗੁਰਮਖ ਗੁਰੂ ਸਤਗੁਰ ਸਿੱਖ ਬੈਠੇ ਹੋਇਆ ਉਹਨਾਂ ਨੇ ਇੱਕ ਗਾੜੀ ਰਸਤਾ ਤੋੜਿਆ ਹੋਇਆ ਬਿਲਕੁਲ ਆਪਾਂ ਜਨਲੀ ਸੜਕ ਕਹਿ ਸਕਦੇ ਆ ਜਾਂ ਜਿੱਥੇ ਗੱਡੇ ਦੀਆਂ ਲੀਆਂ ਪਈਆਂ ਹੁੰਦੀਆਂ ਹੂੰ ਉਸ ਰਸਤੇ ਤੇ ਕਈ ਲੰਘ ਕੇ ਗਏ ਅੱਗੇ ਹੂੰ ਇਸ ਕਰਕੇ ਜਦੋਂ ਆਪਾਂ ਗੱਲ ਸੁਣਨੀ ਹੈ ਨਾ ਕਿਸੇ ਦੀ ਉਹ ਗੁਰਮਤ ਦੀ ਰੋਸ਼ਨੀ ਚ ਹੋਣੀ ਚਾਹੀਦੀ ਹੈ ਠੀਕ ਹੈ ਤੇ ਜਦੋਂ ਗੁਰਮਤ ਦੀ ਰੋਸ਼ਨੀ ਵਿੱਚ ਆਪਾਂ ਦੇਖਦੇ ਹਾਂ ਤੇ ਇਥੋਂ ਧਰਮ ਦਾ ਮਾਰਗ ਸ਼ੁਰੂ ਹੋਣਾ ਜੀ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਚੱਲਣਾ ਸਾਡੇ ਅੰਦਰ ਦਇਆ ਹੋਣੀ ਬਹੁਤ ਜ਼ਰੂਰੀ ਹੈ ਹਮ ਕਿਉਂਕਿ ਦਇਆ ਤੋਂ ਧਰਮ ਉਪਜਦਾ ਹੈ ਬਿਲਕੁਲ ਜੀ ਇਸ ਕਰਕੇ ਗੁਰੂ ਪਹਿਲਾਂ ਦੇਖਦਾ ਹੈ ਜਦੋਂ ਗੁਰਸਿੱਖ ਦਾ ਪਸੰਗ ਕਰਦੇ ਆ ਉਹਨੇ ਸਾਡੇ ਮਨ ਨੂੰ ਤਮੋ ਗੁਣ ਤੋਂ ਹਟਾਉਣਾ ਹੁੰਦਾ ਵਾ ਹੁਣ ਕਈ ਜੀਵ ਮੰਨ ਲਓ ਕ੍ਰਿਆ ਕਰਦੇ ਆ ਜਾਂ ਨਾਮ ਜਪਦੇ ਕਹ ਲੋ ਜਾਂ ਕੀ ਕਰਦੇ ਹਨ ਉਹ ਦੁਬਦਾ ਵੀ ਕਰਦੇ ਈਰਖਾ ਨਿੰਦਿਆ ਚੁਗਲੀ ਕਰੀ ਜਾਂਦੇ ਆ ਉਹਨਾਂ ਦਾ ਮਨ ਤਮੋਂ ਗੁਣ ਤੇ ਸਟਕ ਰਹਿਂਦਾ ਮਾਰੇ ਨੇ ਫਿਰ ਬਾਣੀ ਚ ਦੱਸਿਆ ਕਹਿੰਦੇ ਜਦੋਂ ਤੁਸੀਂ ਭਗਤੀ ਮਾਰਗ ਤੇ ਚੱਲਣਾ ਉਸਤਤ ਨਿੰਦਾ ਦਉ ਤਿਆਗੇ ਖੋਜੇ ਪਦ ਨਿਰਵਾਨ ਦਾ ਤੁਹਾਨੂੰ ਨਿਰਵਾਨ ਪੱਤੇ ਲੈ ਕੇ ਜਾਣਾ ਤੁਸੀਂ ਇਹ دنیਵੀ ਉਸਤਤ ਤੇ ਨਿੰਦਿਆ ਤੋਂ ਬਾਹਰ ਆ ਜਾਓ। ਤਮੋ ਗਨ ਨੂੰ ਛੱਡ ਦਿਓ। ਆਪਣੀ ਕਿਰਤ ਤੇ ਆਗੇ ਕਿਰਤ ਕਰੋ। ਕਿਰਤ ਕਰਦੇ ਆ ਕਰਦੇ ਫਿਰ ਉਹ ਆਪਾ ਨੂੰ ਦੱਸਦੇ ਨੇ ਕਿ ਤੁਸੀਂ ਸਿਮਰਨ ਕਰਨਾ, ਨਾਮ ਜਪਣਾ। ਜਿੰਨਾ ਚਿਰ ਅਸੀਂ ਗੁਰਬਾਣੀ ਨਹੀਂ ਪੜਾਂਗੇ ਤੇ ਸਾਨੂੰ ਨਾਮ ਜਪਣ ਦਾ ਪਤਾ ਨਹੀਂ ਲੱਗੇਗਾ। ਇਸ ਕਰਕੇ ਜਿਹੜਾ ਪੂਰਨ ਗੁਰ ਸਿੱਖਾ ਉਹ ਫਿਰ ਸਾਨੂੰ ਕਹੇਗਾ ਗੁਰਬਾਣੀ ਨੂੰ ਪੜੋ। ਪਰ ਗੁਰਬਾਣੀ ਨੂੰ ਜਦੋਂ ਪੜਨਾ ਆ ਉਹਦੇ ਵਾਸਤੇ ਤਰੀਕਾ ਆ। ਮਾਰੇ ਕਹਿੰਦੇ ਨੇ ਚੀਨਾ ਤਤ ਗगन ਦਸ ਦਵਾਰ ਹਰ ਮੁਖ ਪਾਠ ਪੜੇ ਵਿਚਾਰ ਜਦੋਂ ਤੁਸੀਂ ਬਾਣੀ ਪੜ੍ਹਨੀ ਆ ਤੇ ਖੋਜ ਕਰਨੀ ਆ ਕਿਉਂਕਿ ਗੁਰਬਾਣੀ ਸਾਡੀ ਕਾਇਆ ਦਾ ਨਕਸ਼ਾ ਆ ਸਾਡੇ ਮਨ ਦਾ ਭੇਦ ਆ ਇਸ ਕਰਕੇ ਉਹ ਕਹਿੰਦੇ ਸੋ ਪੜਿਆ ਸੋ ਪੰਡਤ ਬੀਨਾ ਜੋ ਗੁਰ ਸ਼ਬਦ ਕਰੇ ਵਿਚਾਰ ਹਮ ਅੰਦਰ ਖੋਜੇ ਤਤ ਲਹੇ ਤਾਂ ਪਾਏ ਮੁਖ ਦਵਾਰ ਜਦੋਂ ਅਸੀਂ ਬਾਣੀ ਪੜਨੀ ਸ਼ੁਰੂ ਕੀਤੀ ਜੀ ਸਾਨੂੰ ਭੇਦ ਲੱਗਦਾ ਵੀ ਅਸੀਂ ਹਰ ਤਤ ਨੂੰ ਲੱਭਣਾ ਸੀ ਹੂੰ ਜਿਦ ਤਰਾ ਆਪਾਂ ਅੱਗੇ ਵਿਚਾਰ ਕੀਤੇ ਨਾ ਤੇ ਹੀ ਗੁਣੀ ਸੰਸਾਰ ਭਰਮ ਤੁੱਤਾ ਤਤ ਦਾ ਨਹੀਂ ਸੀ ਭੇਦ ਹੂੰ ਹੁਣ ਬਾਣੀ ਨੂੰ ਜਦੋਂ ਪੜਿਆ ਤਾਂ ਕਹਿੰਦੇ ਹਰ ਤਤ ਨੂੰ ਲੱਭੋ ਹੂੰ ਹੁਣ ਹਰ ਤਤ ਨੂੰ ਜਦੋਂ ਖੋਜਦੇ 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 ਆਪਾਂ ਗਏ ਜੀ ਤੇ ਉਹ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਨਵਹ ਪਰਮ ਤਤ ਹੈ ਹਮ ਸਤਗੁਰੂ ਇਹ ਲਖਾਵੇ ਆਂਦੇ ਪੂਰੇ ਗੁਰੂ ਨੇ ਇਹ ਸੋਝੀ ਦਿੱਤੀ ਹੈ ਵੀ ਜਿਹੜਾ ਹਰ ਤਤ ਆਤਿਆਨਾ ਹਮ ਉਹ ਤੁਹਾਡੇ ਅੰਦਰ ਆ ਹਰ ਤਤ ਤੋਂ ਭਾਵ ਜਿਹਦੇ ਤੋਂ ਸ੍ਰਿਸ਼ਟੀ ਰਚੀ ਗਈ ਹੈ ਜੀ ਜਿਹਨੂੰ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਦਾ ਸ਼ਬਦ ਕਿਹਾ ਉਹ ਸ਼ਬਦ ਆਪਣੇ ਅੰਦਰ ਹੈ ਸਾਰਿਆਂ ਦੇ ਹਮ ਜਦੋਂ ਅਸੀਂ ਸੰਸਾਰ 'ਚ ਆਏ ਸਾਡੀ ਉਹ ਸ਼ਬਦ ਨਾਲ ਲਿਵ ਟੁੱਟ ਗਈ ਉਹ ਸ਼ਬਦ ਅੰਦਰ ਗੁਪਤ ਹੋ ਗਿਆ ਹੁਣ ਉਹ ਸ਼ਬਦ ਅੰਦਰ ਸਾਡੇ ਗੁਪਤ ਹੋ ਗਿਆ ਹਰ ਤਾਂ ਤੰਦਰ ਗੁਪਤ ਹੋ ਗਿਆ ਸਾਡੇ ਹੁਣ ਅਸੀਂ ਕੋਸ਼ਿਸ਼ ਕਰਨੀ ਵੀ ਬਾਣੀ ਪੜ ਕੇ ਪਤਾ ਲੱਗਾ ਵੀ ਉਹ ਹਰਤਤ ਕਿੱਥੇ ਆ ਆਪਣੇ ਅੰਦਰ ਆ ਜਿਸ ਨੂੰ ਮਾਰੇ ਨੇ ਬਾਣੀ ਚ ਦੱਸਿਆ ਕੀ ਕਹਿਣ ਲੱਗੇ ਉਹ ਆnde ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਦੇਹੀ ਵਿੱਚ ਕਿੱਥੇ ਆnde ਸੁਨ ਸਮਾਦ ਅਨਹਦ ਤੈ ਨਾਦ ਕਹਿ ਨਾ ਜਾਈ ਆਚਰਜ ਬਿਸਮਾਦ ਇਸ ਦੇਹੀ ਦੇ ਅੰਦਰ ਉਹ ਸੁੰਨ ਵਿੱਚ ਗੁਪਤ ਹੋ ਗਿਆ ਨਾਮ ਹਰਤਾ ਤੁਨੂੰ ਕਹਤਾ ਜੀ ਹੁਣ ਸਾਨੂੰ ਪਤਾ ਲੱਗ ਗਿਆ ਵੀ ਉਹ ਨਾਮ ਉਹ ਦੇਹੀ ਦੇ ਅੰਦਰ ਗੁਪਤ ਹੋ ਗਿਆ ਹਮ ਸਾਡੀ ਉਧਰੋਂ ਲਿਵ ਟੁੱਟ ਗਈ ਹੈ ਹਮ ਹੁਣ ਅਗਲਾ ਸਟੈਪ ਅਸੀਂ ਫਿਰ ਗੁਰਮਖਾ ਨਾਲ ਸਾਂਝ ਪਾਈ ਗੁਰਬਾਣੀ ਦੇ ਨਾਲ ਸਾਂਝ ਪਾਈ ਜੀ ਵੀ ਉਹ ਦੇ ਅੰਦਰ ਗੁਪਤ ਹੋ ਗਿਆ ਹੁਣ ਅਸੀਂ ਉੱਥੇ ਕਿਵੇਂ ਜੁੜੀਏ ਹਮ ਫਿਰ ਉਹ ਸਾਨੂੰ ਦੱਸਦੇ ਕਿ ਇਥੋਂ ਤੁਹਾਨੂੰ ਸਿਮਰਨ ਕਰਨਾ ਪਏਗਾ ਹੁਣ ਇੱਕ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਉਹ ਆਪਣੀ ਭਾਸ਼ਾ ਦਾ ਸ਼ਬਦ ਹੈ ਜਿਸਾ ਆਪਾਂ ਨੂੰ ਗੁਰੂ ਸਾਹਿਬ ਨੇ ਗੁਰਮੰਤਰ ਬਖਸ਼ਿਸ਼ ਕੀਤਾ ਤੇ ਉਹਦੇ ਵਿੱਚ ਕੋਈ ਵੀ ਉਹਨਾਂ ਨੇ ਸ਼ੰਕਾ ਨਹੀਂ ਰੱਖਿਆ ਵੀ ਤੁਸੀਂ ਵੈ ਗੁਰ ਗੁਰਮੰਤਰ ਦਾ ਸਿਮਰਨ ਕਰਨਾ ਹੈ ਜੀ ਤੇ ਮਹਾਰਾਜ ਨੇ ਬਾਣੀ 'ਚ ਆਪਾਂ ਨੂੰ ਵਾਰ-ਵਾਰ ਦੱਸਿਆ ਹੋਇਆ ਕਿ ਗੁਰਮੰਤਰ ਹੀਣ ਸੋ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਣ ਹੈ ਕੂਕਰਹ ਸੂਕਰਹ ਗਰਤਪਹ ਸਰਪ ਨੇ ਕਾ ਕੇ ਤੁਲ ਤੁਲ ਖਲੇ ਗੁਰਮੰਤਰ ਜਪਦਿਆਂ ਜਪਦਿਆਂ ਹੁਣ ਜੀਵ ਗੁਰਮੰਤਰ ਜਪਣਾ ਸ਼ੁਰੂ ਕਰ ਦਿੰਦੇ ਜੀ ਜਿਆਦਾਤਰ ਜੀਵ ਗੁਰਮੰਤਰ ਜਪਦੇ ਆ ਉਹ ਅੰਦਰਲੇ ਨਾਮ ਤੱਕ ਨਹੀਂ ਪਹੁੰਚਦੇ ਜਪ ਕਰਦੇ ਆ ਪਰ ਉਹ ਜਾਪ ਕਿਸ ਵਸਤਾ ਚ ਕਰਦੇ ਆ ਮਰ ਗਿਆਂ ਲਗੇ ਹਾਰ ਹਾਰ ਨਿਤ ਕਰੇ ਰਸਨਾ ਹੂੰ ਕਹੇ ਕਸ਼ੂ ਨਾ ਜਾਣੀ ਚਿੱਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਨੀ ਪਰ ਜੋ ਜਾਪ ਕਰਦੇ ਨੇ ਰਸਨਾ ਦੇ ਨਾਲ ਤੇ ਧਿਆਨ ਜਿਹੜਾ ਉਹਨਾਂ ਦਾ ਮਨ ਕਿੱਥੇ ਹੁੰਦਾ ਕਿਸੇ ਦਾ ਆਪਣੇ ਕੰਮ ਤੇ ਹੁੰਦਾ ਬਿਲਕੁਲ ਜਿਸ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਜਦੋਂ ਸultanpur ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਤੁਹਾਡਾ ਮਨ ਨਹੀਂ ਹਾਜ਼ਰ ਇੱਥੇ ਕਿਹਦੇ ਨਾਲ ਨਵਾਜ ਬੜਾ ਉਹ ਕਹਿੰਦੇ ਗੁਰ ਸਬਾ ਏਬ ਨਾ ਪਾਈਏ ਨੇੜੇ ਨਾ ਹੀ ਦੂਰ ਨਾਨਕ ਸਤਿਗੁਰ ਤਾਂ ਮਿਲ ਜਾ ਮਰ ਰਹੇ ਦੂਰ ਇੱਥੇ ਫਿਰ ਅਗਲਾ ਸਟੈਪ ਆ ਗਿਆ ਵੀ ਗੁਰਮੰਤਰ ਨੂੰ ਜਪਣ ਦਾ ਤਰੀਕਾ ਫਿਰ ਗੁਰੂ ਦੱਸਦਾ ਉਹ ਕਹਿੰਦਾ ਜਦੋਂ ਤੁਸੀਂ ਹੁਣ ਜਪਣਾ ਹੈ ਨਾ ਤੇ ਤੁਹਾਡਾ ਧਿਆਨ ਤੇ ਬਾਹਰ ਚਲਾ ਗਿਆ ਕੀ ਕਰੋਗੇ ਉਹ ਫਿਰ ਦੱਸਦੇ ਹੈ ਜਿਸ ਤਰ੍ਹਾਂ ਪਹਿਲਾਂ ਸਾਰਾ ਸਮਝਾ ਕੇ ਜੀ ਟੀਚਰ ਇੱਕ ਸਮਝਾ ਦਿੰਦਾ ਸਮਝਾ ਕੇ ਫਿਰ ਐਗਜ਼ਾਮਪਲ ਦੇ ਕੇ ਫਿਰ ਇੱਕ ਸਵਾਲ ਪਾ ਦਿੰਦਾ ਆਹਦਾ ਹੁਣ ਤੁਹਾਨੂੰ ਦੱਸਦਾ ਕਿ ਨਾਮ ਤੁਹਾਡੇ ਅੰਦਰ ਆ ਅੰਦਰ ਜੁੜਨਾ ਤੇ ਕਿਵੇਂ ਜੁੜਨਾ ਉਹ ਪਹਿਲਾਂ ਉਹਨਾਂ ਨੇ ਇੱਕ ਸਵਾਲ ਪਾਤਾ ਆਹਦੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੁਜੋ ਬ੍ਰਹਮ ਗਿਆਨੀ ਕਿਉਂਕਿ ਕਲਾਸ ਬ੍ਰਹਮ ਗਿਆਨੀ ਆ ਉਹਨਾਂ ਨੂੰ ਬੁਜੋ ਆਨੇ ਚਲੋ ਅਸੀਂ ਤੁਹਾਨੂੰ ਫਾਰਮੂਲਾ ਦੱਸ ਦਿੰਦੇ ਆ ਆਹਦੇ ਧਨ ਮੇ ਧਿਆਨ ਧਿਆਨ ਮੇ ਜਾਨਿਆ ਗੁਰਮੁਖ ਕਤਕਾਨੀ ਉਹਦੇ ਤੁਸੀਂ ਇਤਰਾ ਕਰੋ ਵੀ ਇਹ ਫਾਰਮੂਲਾ ਲਾ ਲਓ ਬੋਲੋ ਰਸਨਾ ਤੋਂ ਬੋਲੋ ਸਰਵਣਾ ਨਾਲ ਸੁਣੋ ਹਰ ਕਾ ਸਿਮਰਨ ਸੁਣ ਮਨ ਕਾਨੀ ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਤੇ ਆਈਏ ਸੋਈ ਉਹਨੇ ਤੁਸੀਂ ਆਪਣੇ ਧਿਆਨ ਨੂੰ ਜੇ ਟਿਕਾਉਣਾ ਤੇ ਕੀ ਕਰੋ ਵਾਹ ਗੁਰੂ ਆਪਣੇ ਧੁਨ ਵਿੱਚ ਤੇ ਆਵਾਜ਼ ਇੱਕ ਉਚਾਰਨ ਕਰੋ ਉਹਦੇ ਵਿੱਚ ਧਿਆਨ ਰੱਖੋ ਜਦੋਂ ਤੁਸੀਂ ਆਪਣੀ ਧੁਨ ਵਿੱਚ ਲੀਨ ਹੁੰਦੇ ਜਾਓਗੇ ਇਹ ਜਿਹੜਾ ਸ਼ਬਦ ਆ ਗੁਰਮੰਤਰ ਆ ਇਹ ਤੁਹਾਨੂੰ ਸੁੰਨ ਵਿੱਚ ਲਈ ਜਾਏਗਾ ਜਿੱਥੇ ਤੁਹਾਡੀ ਲਿਵ ਟੁੱਟੀ ਹੋਈ ਆ ਸਭ ਵਿੱਚੋਂ ਮੈਂ ਤੁਹਾਨੂੰ ਉੱਥੇ ਜਾ ਕੇ ਛੱਡ ਦੇਗਾ ਤੁਹਾਨੂੰ ਉਦੋਂ ਤੁਸੀਂ ਕੋਈ ਇਮੇਜ ਵੀ ਕ੍ਰੀਏਟ ਕਰਨਾ ਤੇ ਮਨ ਚ ਜਿਉਂ ਤੁਸੀਂ ਸਿਮਰਨ ਕਰਦੇ ਹੋ ਨਹੀਂ ਬਿਲਕੁਲ ਜਦੋਂ ਆਪਾਂ ਸਿਮਰਨ ਕਰਨਾ ਸਿਰਫ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ بس ਆਵਾਜ਼ ਸੁਣਨੀ ਆ ਬੋਲਣਾ ਤੇ ਸੁਣਨਾ ਕਿਉਂਕਿ ਜਿੱਥੇ ਆਪਾਂ ਜਾ ਰਹੇ ਆ ਉਹ ਜਿਹੜਾ ਨਿਰੰਕਾਰ ਪਰਮਾਤਮਾ ਉਹਦਾ ਕੋਈ ਸਰੂਪ ਨਹੀਂ ਹੈਗਾ ਉਹ ਅਦੇਖਿਆ ਪ੍ਰਕਾਸ਼ ਰੂਪ ਹੈ ਜਿਹੜੀ ਅਨਹਦ ਸ਼ਬਦ ਨਾਲ ਸਾਡੇ ਲਈ ਟੁੱਟੀ ਆ ਉਹਦਾ ਵੀ ਕੋਈ ਰੂਪ ਰੰਗ ਰੇਖਪਿਖ ਨਹੀਂ ਹੈਗਾ ਕੋਈ ਧੋਨੇ ਆ ਤੇ ਆਪਾਂ ਜਿੰਨੀ ਦੇਰ ਤੱਕ ਜੇ ਕਿਸੇ ਫੋਟੋ 'ਚ ਧਿਆਨ ਤਰ ਲਿਆ ਜਾਂ ਕਿਸੇ ਹੋਰੋ ਕਾਰ ਤੇ ਧਿਆਨ ਤਰ ਲਿਆ ਉਹ ਫਿਰ ਅਸੀਂ ਮਾਇਆ ਦੇ ਦੇਸ਼ ਵਿੱਚ ਰਹਿ ਜਾਣਗੇ ਤੇ ਮਰ ਕੇ ਕਹਿੰਦੇ ਜੈ ਕਿਸ਼ ਆਹਾ ਕਹਾਂ ਕਿਸ਼ਨਾਹੀਂ ਪੰਜ ਤਤ ਤੇ ਨਹੀਂ ਇਹ ਤਾਂ ਹੈ ਹੀ ਨਹੀਂ ਉੱਥੇ ਇਹ ਉੱਥੇ ਹੈ ਹੀ ਨਹੀਂ ਉੱਥੇ ਪ੍ਰਕਾਸ਼ ਰੂਪ ਆ ਉੱਥੇ ਆਕਾਰ ਨਹੀਂ ਕਰ ਹੌਣ ਪਈ ਜੀ ਉੱਥੇ ਤਾਂ ਫਿਰ ਹਾਂ ਇਸ ਕਰਕੇ ਮਿਹਨਤ ਕਰਕੇ ਵੀ ਜਾਈ ਚਲੀ ਜਾਊਗੀ ਜੀ ਹਾਂ ਜਾਂ ਹੁਣ ਬਹੁਤੇ ਜੀਵ ਜਦੋਂ ਸਿਮਰਨ ਕਰਦੇ ਜੀ ਉਹ ਹੌਲੀ ਹੌਲੀ ਧਿਆਨ ਕਰਦੇ ਕਰਦੇ ਕੋਈ ਇਥੇ ਮੱਥੇ ਚਲਾ ਲੈਂਦਾ ਜਿੱਦ ਤਾ ਆਪਾਂ ਆਮ ਆਪਾਂ ਹੁਣ ਸੁਣੀਆਂ ਹੋਈਆਂ ਗੱਲਾਂ ਜਾਂ ਕਿ ਤੋ ਥੋੜਾ ਬਹੁਤ ਜਿਸਾ ਕਹਿੰਦੇ ਲिटल ਨੋਲੇਜ ਡੇਂਜਰਸ ਤਰਕੁਟੀ ਵੀ ਤਿੰਨ ਤਰ੍ਹਾਂ ਦੀ ਹੁੰਦੀ ਆ ਹੁਣ ਆਮ ਸਮੇਂ ਦੇ ਵੀ ਇਥੇ ਤਰਕੁਟੀ ਆ ਇਥੇ ਮੱਥੇ ਤੇ ਧਿਆਨ ਲਾ। ਹੁਣ ਇਥੇ ਜਦੋਂ ਧਿਆਨ ਲਾ ਲੈਂਦੇ ਆ ਜਿਆਦਾਤਰ ਜੀਵ ਉਥੇ ਉਹਨਾਂ ਦੇ ਦਿਮਾਗ ਤੇ ਪ੍ਰੈਸ਼ਰ ਪੈਂਦਾ। ਕਿਉਂਕਿ ਬਹੁਤ ਸਾਰੀਆਂ ਵੇਇਨਸ ਜਿਹੜੀਆਂ ਬੜੀਆਂ ਬਾਰੀਕ ਹੁੰਦੀਆਂ ਉਹਨਾਂ 'ਚ ਸੋਜਿਸ਼ ਆ ਜਾਂਦੀ ਹੈ। ਹੁਣ ਸੋਜਿਸ਼ ਹੋਣ ਕਰਕੇ ਜਿਤਨਾ ਪੌਣ ਚੱਲਦੀ ਹੈ ਆਪਣੇ ਅੰਦਰ ਇਹ ਪੌਣ ਦੇ ਆਪਣੇ ਰੰਗ ਹੁੰਦੇ ਆ। ਜਿਸਾ ਤੁਸੀਂ ਵਿਭਗਾਇਰ ਦੇਖਦੇ ਨਾ ਸਤਰੰਗੀ ਪੀਂਗ ਹੈ ਨਾ ਹਵਾ ਦੇ ਵਿੱਚ ਰੰਗ ਹੁੰਦੇ ਆ। ਹੂੰ। ਇਸੇ ਦਾ ਪੌਣ ਦਾ ਆਪਣਾ ਰੰਗ ਆ। ਹੂੰ। ਇਹਦੇ ਵਿੱਚ ਪਾਣੀ ਵੀ ਆ। ਪਾਣੀ ਦਾ ਆਪਣਾ ਰੰਗ ਆ। ਅਗੰਧ ਆਪਣਾ ਰੰਗ ਹੈ ਜਦੋਂ ਇਹ ਪੌਣ ਅੰਦਰ ਜਾਂਦੀ ਸਾਡੇ ਸਾਡਾ ਸਰੀਰ ਤਤਾਂ ਦਾ ਬਣਿਆ ਹੋਇਆ ਹਾਂਜੀ ਤੇ ਜਿਸਾ ਬਾਹਰ ਸੂਰਜ ਆ ਤੇ ਸੂਰਜ ਦੇ ਦਿਵਾਲੇ ਸਾਂ ਧਰਤੀਆਂ ਚੱਕਰ ਕੱਟਦੀਆਂ ਜੀ ਇਹ ਸਭ ਕਹਿੰਦੇ ਜੋਬਰਾਹਮੰਡੇ ਸੋਈ ਪਿੰਡੇ ਜਦੋਂ ਜੀ ਇਥੇ ਧਿਆਨ ਲਾਉਂਦਾ ਇਹ ਪੌਣ ਆ ਇਹ ਸਰਕਲ ਕੱਟਦੀ ਅੱਗੇ ਹੂੰ ਪੌਣ ਦੇ ਵਿੱਚ ਤਤ ਮਿਲੇ ਹੁੰਦੇ ਸਾਰੇ ਹੁਣ ਜਦੋਂ ਇਹ ਗ੍ਰਹੂ ਦੇ ਨੰਗ ਦੇ ਨਾ ਤਤ ਤੇ ਉਹ ਤਤਾਂ ਦਾ ਪ੍ਰਕਾਸ਼ ਹੋ ਜਾਂਦਾ ਸ਼ੁਰੂ ਕਈ ਗਣਗੇ ਸਾਨੂੰ ਦੀ ਲਾਲ ਰੰਗ ਦਾ ਪ੍ਰਕਾਸ਼ ਦਿਸਿਆ ਮੈਨੂੰ ਪ੍ਰਕਾਸ਼ ਦਿਸਿਆ ਹਮ ਕਈ ਕਹਣਗੇ ਜੇ ਆਗੰਗ ਦਾ ਤਾਤ ਆ ਗਿਆ ਲਾਲ ਰੰਗ ਦਾ ਜੇ ਪਾਣੀ ਦਾ ਤਾਤ ਆ ਗਿਆ ਸਫੈਦ ਰੰਗ ਦਾ ਦਿਸੇਗਾ ਪ੍ਰਕਾਸ਼ ਉਹਨਾਂ ਨੂੰ ਜੇ ਮਿੱਟੀ ਦਾ ਤਾਤ ਆ ਗਿਆ ਫਿਰ ਪੀਲੇ ਰੰਗ ਦਾ ਦਿਸੇਗਾ ਜੇ ਆ ਪੌਣ ਦਾ ਤਾਤ ਆ ਗਿਆ ਫਿਰ ਹਰੇ ਰੰਗ ਦਾ ਦਿਸੇਗਾ ਪੰਜਵਾਂ ਤਾਤ ਜਿਹੜਾ ਸੁੰਨ ਆਕਾਸ਼ ਦਾ ਤਾਤ ਆ ਜੇ ਆਕਾਸ਼ ਦਾ ਤਾਤ ਆ ਗਿਆ ਫਿਰ ਨੀਲੇ ਰੰਗ ਦਾ ਕਾਲੇ ਰੰਗ ਦਾ ਪ੍ਰਕਾਸ਼ ਦਿਸੇਗਾ ਹੁਣ ਉਹ ਪ੍ਰਕਾਸ਼ ਜਦੋਂ ਦਿਸਣ ਲੱਗ ਪਿਆ ਤਤਾਂ ਦਾ ਰੰਗਾਂ ਦਾ ਉਹਦੇ ਵਿੱਚ ਕੀ ਹੁੰਦਾ ਹੈ ਫਿਰ ਉਹਨਾਂ ਨੂੰ ਸੂਖਮ ਕੋਈ ਨਾ ਕੋਈ ਫੁਰਨਾ ਆ ਜਾਂਦਾ ਭਿਜ ਤਾਂ ਹੁਣ ਇੱਥੇ ਪਿਆਰ ਪਿਆ ਹੁੰਦਾ ਗੁਰੂ ਸਾਹਿਬ ਦੀਆਂ ਗੱਲਾਂ ਸੁਣਦੇ ਆ ਜਾਂ ਜਿਹੜੇ ਦੂਸਰੇ ਧਰਮਾਂ ਵਾਲੇ ਆ ਉਹ ਆਪਣੇ ਦੇਵੀ-ਦੇਵਤਿਆਂ ਦੀਆਂ ਗੱਲਾਂ ਸੁਣਦੇ ਹੁਣ ਜਦੋਂ ਪਿਆਰ ਪਿਆ ਹੁੰਦਾ ਉਥੇ ਉਥੇ ਫਿਰ ਮਾਇਆ ਕੀ ਕਰਦੀ ਹੈ ਜਿਹਦਾ ਵੀ ਮੜ ਜਾ ਫੁਰਨਾ ਆ ਗਿਆ ਉਹਦਾ ਹੀ ਰੂਪ ਅਗੇ ਤਿਆਰ ਹੋ ਜਾਣਾ ਮਾਇਆ ਨੇ ਉਹ ਸੂਖਮ ਆਕਾਰ ਤਿਆਰ ਹੋ ਜਾਣਾ ਅੱਗੇ ਉਹ ਜੋ ਸੂਖਮ ਆਕਾਰ ਤਿਆਰ ਹੋ ਗਿਆ ਤੇ ਜੀਵ ਨੇ ਕਹਣਾ ਮੈਨੂੰ ਤਾਂ ਦਰਸ਼ਨ ਹੋ ਗਏ ਇਹ ਖੇੜ ਹੈ ਮਾਇਆ ਦੀ ਇਹ ਵੀ ਇਹ ਮਾਇਆ ਦੀ ਇਹਨੂੰ ਗੁਰਬਾਣੀ 'ਚ ਕਹਿੰਦੇ ਗੰਦਰਬ ਨਗਰੀ ਅੱਛਾ ਮਹਾਰਾਜ ਬਾਣੀ 'ਚ ਲਿਖਦੇ ਆ ਕਹਿੰਦੇ ਹਰ ਚੰਦੌਰੀ ਭੇਖ ਭੁੱਲਣੇ ਵੁਠੇ ਨਗਰ ਗੰਦਰਬ ਇਹ ਮਾਇਆ ਦੀ ਇੱਕ ਨਗਰੀ ਆ ਮਨ ਫਿਰ ਉਹਦੇ ਵਿੱਚ ਚਲਾ ਜਾਂਦਾ ਉੱਥੇ ਉਹ ਮੈਨੂੰ ਦਰਸ਼ਨ ਹੋ ਗਏ ਮੈਨੂੰ ਦਰਸ਼ਨ ਹੋ ਗਏ ਮੈਨੂੰ ਗੱਲਾਂ ਹੋ ਗੀਆਂ ਮੈਨੂੰ ਆਪ ਹੋ ਜਾਂਦੇ ਐਸ਼ਪੀਆ ਮੈਨੂੰ ਉੱਥੇ ਆਇਆ ਬੰਦਾ ਹਾਂਜੀ ਪਰ ਮਰ ਕੇ ਕਹਿੰਦੇ ਜਾ ਕੇ ਸ਼ਾਹ ਆ ਤਾਹ ਕਿਸ਼ਨਾਹੀਂ ਪੰਜ ਤਾਤਤ ਨਹੀਂ ਈੜਾ ਪਿੰਗਲਾ ਸੁਖਮਣ ਬੰਦੇ ਇਹ ਆਗਣਕਤ ਜਾਹੀ ਧਾਗਾ ਟੂਟਾ ਧਾਗਾ ਕਹਿੰਦੇ ਸੁਖਮਣਾ ਨੂੰ ਜਦੋਂ ਆਪਣਾ ਬੱਚਾ ਜਨਮ ਲੈਂਦਾ ਤੇ ਉਹ ਕੱਟਦੇ ਨੇ ਤੋਂ ਜਨਮ ਦਾ ਦੁੱਖ ਕੱਟਦੇ ਨੇ ਹਾਂ ਉਹਨੂੰ ਕਹਿੰਦੇ ਧਾਗਾ ਟੂਟਾ ਗगन ਬਿੰਸ ਗਿਆ ਹੂੰ ਗगन ਦਸਵੇਂ ਦਵਾਰ ਨੂੰ ਕਹਿੰਦੇ ਤੇਰਾ ਬੋਲਤ ਕਹਾਂ ਸਮਾਈ ਬੋਲਤ ਉਹ ਸ਼ਬਦ ਜੀ ਦੀ ਆਪਾਂ ਗੱਲ ਕਰਦੇ ਉਹ ਸਮਾ ਜਾਂਦਾ ਵੰਦੇ ਇਹ ਸੰਸਾਮੋ ਘੰਨ ਦਿਨ ਵਿਆਪੇ ਕੋ ਨਾ ਰਹੇ ਸਮਝਾਈ ਵੀ ਉਹ ਸ਼ਬਦ ਨਾਲ ਜੁੜਨਾ ਤੇ ਕੋਈ ਸਿਕਾਉਂਦਾ ਜੀ ਅਸਲ ਪ੍ਰਕਾਸ਼ ਨੂੰ ਦੇਖਣਾ ਤਾਂ ਗੁਰੂ ਨਾਨਕ ਦੇਵ ਜੀ ਨੇ ਇਹ ਰਸਤਾ ਬਦਲਿਆ ਉਹਨਾਂ ਕਹੇ ਵੀ ਪਹਿਲਾਂ ਸਿਮਰਨ ਕਰੋ ਜਿਸ ਆਪਾਂ ਕਹੋ ਆ ਜਿਵੇਂ ਜਿਵੇਂ ਤੁਹਾਡੇ ਕੰਸਨਟੈਂਟ ਹੁੰਦੇ ਜਾਓਗੇ ਆਪਣੀ ਆਵਾਜ਼ ਵਿੱਚ ਫਿਰ ਤੁਸੀਂ ਆਪਣੇ ਧਿਆਨ ਨੂੰ ਅੰਦਰ ਟਿਕਾਉਂਦੇ ਜਾਣਾ ਤੇ ਅੰਦਰ ਦੋ ਪੁਆਇੰਟ ਆ ਜਿੱਥੇ ਟਿਕਾਉਣਾ ਆਪਾਂ ਪਵ ਸਾਗਰ ਦੇ ਦੋ ਕਿਨਾਰੇ ਆ ਪਹਿਲਾ ਸਿੜਾ ਹੈਗਾ ਨਾਭੀ ਤੇ ਉੱਪਰ ਜੀ ਇੱਥੇ ਜਿੱਸਾ ਪੌਣ ਜਾ ਕੇ ਰੁਕਦੀ ਹੈ ਨਾ ਉਥੇ ਆਪਾਂ ਧਿਆਨ ਟਿਕਾਉਣਾ ਹੁੰਦਾ ਆਪਣਾ ਜਦੋਂ ਤੁਸੀਂ ਸਿਮਰਨ ਕਰਦੇ ਕਰਦੇ ਮੰਨ ਲਓ ਤੁਸੀਂ ਸਿਮਰਨ ਬੰਦ ਹੋ ਗਿਆ ਵਿਚਾਰ ਰੋਕ ਕੇ ਵੀ ਜਿਸਾਂ ਬਾਅਦ ਇਹਨੇ ਵੀ ਨੀਂਦ ਜੀ ਆਉਣ ਲੱਗ ਪਈ ਤਕਾਊਚ ਆ ਗਿਆ ਉਦੋਂ ਧਿਆਨ ਕਿਸੇ ਫੋਟੋ ਆਕਾਰ 'ਚ ਨਹੀਂ ਟਿਕਾਉਣਾ ਕਿੱਥੇ ਟਿਕਾਉਣਾ ਉਹਨੂੰ ਕਹਿੰਦੇ ਨੇ ਨਾਭ ਪਵਨ ਕਰ ਆਸਣ ਬੈਸੀ ਨਾਬ ਪਵਣ ਨਾਬੀ ਤੋਂ ਹੀਟਾਂ ਥੋੜੀ ਜਿਨਾ ਪੌਣ ਰੁਕਦੀ ਆ ਜਾ ਕੇ ਉਥੋਂ ਰੁੱਕ ਕੇ ਫਿਰ ਵਾਪਸ ਆ ਜਾਂਦੀ ਹੈ ਤੇ ਆਪ ਉਹਥੇ ਧਿਆਨ ਲਾਉਣਾ ਨਾਬ ਪਵਣ ਕਰ ਆਸਣ ਬੈਸੇ ਗੁਰਮਖ ਖੋਜਿਤ ਤਤਲਹਿ ਹਮ ਕਿਉਂ ਆਪਾਂ ਤਤ ਦੀ ਖੋਜ ਵਿੱਚ ਚੱਲੇ ਆ ਤੇ ਜਦੋਂ ਉਥੇ ਧਿਆਨ ਲਾਵਾਂਗੇ ਆਂਦੇ ਸੋ ਸ਼ਬਦ ਨਿਰੰਤਰ ਨਿਜ ਘਰ ਆਸ਼ੇ ਉਥੇ ਫਿਰ ਉਹ ਸ਼ਬਦ ਜਿਹੜਾ ਨਿਜ ਘਰ ਦੇ ਵਿੱਚੋਂ ਆ ਰਿਹਾ ਸੋ ਸ਼ਬਦ ਨਰੰਤਰ ਨਿਜ ਕਰਾਸ਼ੇ ਤ੍ਰਿ ਭਵਨ ਖੋਜ ਸੋ ਸ਼ਬਦ ਲਹੇ ਕਹਿੰਦੇ ਫਿਰ ਤੁਸੀਂ ਉੱਥੇ ਜੋ ਧਿਆਨ ਲਾਉਂਗੇ ਨਾ ਉੱਥੇ ਤੁਹਾਨੂੰ ਸ਼ਬਦ ਦੀ ਆਵਾਜ਼ ਸੁਣੇਗੀ ਫਿਰ ਉਹ ਤੋਂ ਸ਼ਬਦ ਦੁਆਰਾ ਸਫਰ ਕਰਨਾ ਹੁੰਦਾ ਆ ਗਿਆ ਆਪਾਂ ਗੁਰੂ ਨਾਨਕ ਦਾ ਫਿਰ ਸਫਰ ਸ਼ਬਦ ਤੋਂ ਸ਼ੁਰੂ ਹੁੰਦਾ ਜੀ 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 ਭਾਈ ਸਾਹਿਬ ਜੀ ਅਸੀਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਪ੍ਰੋਗਰਾਮ ਨੂੰ ਦੂਜੀ ਲੜੀ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਤੁਹਾਡੇ ਸਮੇਂ ਦਾ ਸਾਨੂੰ ਫਿਕਰ ਹੁੰਦਾ ਕਈ ਵਾਰੀ ਦੇਖਣ ਵਾਲੇ ਕੋਲ ਨਾ ਟਾਈਮ ਨਹੀਂ ਹੁੰਦਾ ਗੱਲ ਬਹੁਤ ਡੂੰਗੀ ਸੀ ਮੇਰਾ ਰੋਕਣ ਨੂੰ ਵੀ ਜੀ ਨਹੀਂ ਸੀ ਕਰਦਾ ਪਰ ਆਪਾਂ ਇਹਨੂੰ ਦੋ ਪਾਰਟਾਂ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਇੱਥੋਂ ਹੀ ਸ਼ੁਰੂ ਕਰਾਂਗੇ ਕਿ ਨਾਭੀ ਦੇ ਥੱਲੇ ਜਿਹੜਾ ਪੁਆਇੰਟ ਆ ਜਿੱਥੇ ਜਾ ਕੇ ਆਸਣ ਕਰਨਾ ਉਥੋਂ ਫਿਰ ਕਿਵੇਂ ਅਗਲਾ ਸਫ਼ਰ ਸ਼ੁਰੂ ਹੋਣਾ ਅੱਜ ਦੇ ਪ੍ਰੋਗਰਾਮ ਵਿੱਚ ਨਹੀਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਥੋਂ ਅੜੜੀ ਨੂੰ ਨਾਲ ਦੀ ਨਾਲ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ